ਦੇਖੋ ਬਈ ਆ ਕੰਪਨੀ ਨੇ ਲਿਖ ਰੱਖਿਆ ਅੰਟਾਰਟਿਕਾ ਲਾਸਟ ਮਿੰਟ ਦੁਬਈ ਨੂੰ ਪਾਲਿਆ ਸੀ ਲੰਮਾ ਤੇ ਵਾਲ ਧੋਤੇ ਇਹਨਾਂ ਦੇ ਬਈ ਉਹ ਸਾਰੇ ਤਾਂ ਬੜੇ ਖੁਸ਼ ਹੈ ਇੰਡੀਆ ਕਹਿ ਕੇ ਗੱਲਾਂ ਕਰ ਰਹੇ ਆ ਇਮਾਨਦਾਰੀ ਇਹਦੇ ਬਣੇ 2200 ਰੁਪਏ ਮਤਲਬ 2247 ਤੇ ਅਸੀਂ ਬਾਈ ਨੂੰ ਕਿਹਾ ਬਾਈ ਡਾਲਰ ਦੇ ਦਈਏ ਬਾਈ ਕਹਿੰਦਾ $2 ਦੇ ਦਿਓ ਇਹ ਆ ਗਿਆ ਬਈ ਬੰਦ ਹੈ ਖੁੱਲ੍ਹਾ ਮੈਨੂੰ ਤਾਂ ਬੰਦ ਹੀ ਲੱਗ ਰਿਹਾ ਬੰਦ ਆ ਬਈ ਕਿਹਾ ਮੈਨੂੰ ਇੱਕ ਪਾਸਤਾ ਦੇ ਗਿਆ ਅਨਕੁਰ ਬਾਈ ਇਹ ਕਿਹਾ ਥਾ ਆਪਕਾ ਖੀਰ ਲੱਗ ਰਹੀ ਹੈ ਕੋਈ ਪਤਾ ਕੀ ਆਈ ਹੈ ਪਾਸਤਾ ਹੀ ਹੋਵੇ ਬਈ ਮੈਂ ਕਦੇ ਵੀ ਨਹੀਂ ਪ੍ਰਮੋਟ ਕਰਦਾ ਇਹਨਾਂ ਚੀਜ਼ਾਂ ਨੂੰ ਤੇ ਚਾਹੁੰਦਾ ਤਾਂ ਬਈ ਮੈਂ ਤਾਂ ਇਸ ਤੋਂ ਕਈ ਗੁਣਾ ਕਮਾ ਸਕਦਾ ਸੀਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਮੈਂ ਹਾਂ ਇਸ ਟਾਈਮ ਉਸ਼ਵਾਇਆ ਵੀ ਦੁਨੀਆ ਦਾ ਆਖਰੀ ਸ਼ਹਿਰ ਇੱਥੇ ਮੈਂ ਕਿਉਂ ਆਇਆ ਸੀਗਾ ਇਹ ਵੀ ਤੁਹਾਨੂੰ ਪਤਾ ਹੀ ਹੋਣਾ ਕਿਉਂਕਿ ਇੱਥੋਂ ਚੱਲਦੇ ਆ ਅੰਟਾਰਟਿਕਾ ਦੇ ਕਰੂਜ਼ ਅੰਟਾਰਟਿਕਾ ਬਈ 7ਵਾਂ ਕੋਂਟੀਨੈਂਟ ਜਿੱਥੇ ਕੋਈ ਨਹੀਂ ਰਹਿੰਦਾ ਤੇ ਬਈ ਉਹਦੇ ਲਈ ਮੈਂ ਕਾਫੀ ਟਾਈਮ ਪਹਿਲਾਂ ਤਿਆਰੀ ਕਰਤੀ ਸੀ ਤੇ ਕਰੂਜ਼ ਜਿਹੜੀ ਹੈ ਉਹ ਬੁੱਕ ਕਰਤੀ ਹੈ ਕਿਵੇਂ ਕੀਤੀ ਹੈ ਕਿਹੜੀ ਕੰਪਨੀ ਤੋਂ ਕੀਤੀ ਹੈ ਕੰਪਨੀ ਕੀ ਕੁਛ ਦੇ ਰਹੀ ਹੈ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਸ਼ਹਿਰ ਦੇ ਵਿੱਚ ਇੱਥੋਂ ਆ ਕੇ ਵੀ ਤੁਸੀਂ ਕਰੂਜ਼ ਬੁੱਕ ਕਰ ਸਕਦੇ ਹੋ ਵੈਸੇ ਤਾਂ ਕੋਈ ਡਾਇਰੈਕਟ ਕੋਈ ਕੰਪਨੀ ਨਹੀਂ ਹੈਗੀ ਵੀ ਤੁਸੀਂ ਉਹਦੇ ਨਾਲ ਬੁੱਕ ਕਰ ਲਓਗੇ ਡਾਇਰੈਕਟ ਕੰਪਨੀਆਂ ਤਾਂ ਬਈ 5-5 ਗੁਣਾ ਰੇਟ ਤੇ 3-3, 4-4 ਗੁਣਾ ਰੇਟ ਤੇ ਤਾਂ ਵੇਚਦੀਆਂ ਉਹ ਵੈਸੇ ਨਾ ਕੀ ਕਰਦੀਆਂ ਕੰਪਨੀਆਂ ਇੱਥੇ ਡੀਲਰਾਂ ਨੂੰ ਦੇ ਦਿੰਦੀਆਂ ਜਿੰਨੇ ਵੀ ਇੱਥੇ ਛੋਟੇ ਛੋਟੇ ਡੀਲਰਾਂ ਨੇ ਆਪਦੇ ਆਫਿਸ ਖੋਲੇ ਹੋਏ ਆ ਤੋ ਡੀਲਰ ਬਈ ਆਪਦਾ ਕਮਿਸ਼ਨ ਰੱਖ ਕੇ ਕਿੰਨੀ ਵੀ ਮਹਿੰਗਾ ਤੁਹਾਨੂੰ ਵੇਚ ਸਕਦੇ ਉਹ ਡਿਪੈਂਡ ਕਰਦਾ ਵੀ ਕਿੰਨੇ ਕੁ ਲੋਕ ਉਹਨਾਂ ਕੋਲ ਆ ਰਹੇ ਨੇ ਕੰਪਨੀ ਉਹਨਾਂ ਨੂੰ ਦੇਦਾ 4 ਲੱਖ ਦਾ ਹੋ ਸਕਦਾ ਡੀਲਰ ਤੁਹਾਨੂੰ 5 ਦਾ ਦੇਵੇ 6 ਦਾ 7 ਦਾ 8 ਦਾ 10 ਦਾ 15 ਦਾ ਜਿੰਨਾ ਉਹਨਾਂ ਨੇ ਲੱਗੀ ਫੱਬੀ ਆ ਲਾਉਣਗੇ ਕਿਉਂਕਿ ਕਰੂਜ਼ ਦਾ ਥੋੜਾ ਫਰਕ ਹੁੰਦਾ ਕੋਈ ਛੋਟੇ ਹੁੰਦੇ ਆ 90 ਬੰਦਿਆਂ ਵਾਲੇ 100 ਬੰਦਿਆਂ ਵਾਲੇ 150 ਵਾਲੇ 200 ਵਾਲੇ 250 ਵਾਲੇ ਸਾਡਾ ਸਭ ਤੋਂ ਵੱਡਾ 250 ਵਾਲਾ ਤੇ ਸਾਰੀ ਜਾਣਕਾਰੀ ਮੈਂ ਤੁਹਾਨੂੰ ਉੱਥੇ ਚੱਲ ਕੇ ਦੱਸੂਗਾ ਸਿਟੀ ਚੱਲਦੇ ਆ ਪਹਿਲਾਂ ਓਵਰ ਬੁੱਕ ਕੀਤੀ ਆ ਓਵਰ ਆਉਂਦੀ ਆ ਫਿਰ ਗੱਲਬਾਤ ਕਰਦੇ ਆ ਅਸੀਂ ਥੋੜਾ ਸ਼ਹਿਰ ਤੋਂ ਨਾ ਬਾਹਰ ਰੁਕੇ ਹੋਏ ਆ ਮਤਲਬ 2-3 ਕਿਲੋਮੀਟਰ ਆ ਗਏ ਹਾਂ ਇਹੀ ਹੈ ਸੋ ਬਈ ਓਵਰ ਆ ਗਈ ਆ ਸਾਡੀ ਇਹ ਅਪਾਰਟਮੈਂਟ ਆ ਜਿਹੜਾ ਅਸੀਂ ਬੁੱਕ ਕੀਤਾ ਇੱਥੇ ਸ਼ਹਿਰ ਤੋਂ ਬਾਹਰ ਮਤਲਬ ਅਪਾਰਟਮੈਂਟ ਹੀ ਕਵਾਂਗੇ ਇਹਦੇ ਵਿੱਚ 2 ਰੂਮ ਹੈ 1 ਰੂਮ ਕਿਸੇ ਹੋਰ ਨੂੰ ਦਿੱਤਾ ਹੋਇਆ ਇੱਕ ਸਾਨੂੰ ਦਿੱਤਾ ਹੋਇਆ ਤੇ ਅੰਦਰ ਬਾਥਰੂਮ ਹੈ ਕਿਚਨ ਹੈ ਇਹ ਪੂਰੇ ਦਾ ਪੂਰਾ ਘਰ ਹੈ ਬਈ ਤੇ ਉਹ ਆ ਗਏ ਬਈ ਸਾਡੀ ਇਟੀਓਸ ਉਹ ਤੇਰੀ ਨੂੰ ਝਪੱਟਾ ਇਹਨਾਂ ਮਾਰ ਲਈ ਇਹਨਾਂ 'ਚੋਂ ਇੱਕ ਆ ਪਤਾ ਨਹੀਂ ਕਿਹੜੀ ਆ ਹੁਣ ਇਹ ਦੇਖਣਾ ਪੈਣਾ ਸ਼ਾਇਦ ਆਹੀ ਹੋਊਗੀ ਕੁੱਤਾ ਦੇਖਿਓ ਕਿਵੇਂ ਭਾਇਆ ਹੋਇਆ ਉਹਨਾਂ ਨੇ ਉਹਦੇ ਵਿੱਚ ਮੈਂ ਤਾਂ ਇੱਕਦਮ ਦੇਖਿਆ ਮੈਂ ਕਿਹਾ ਆਹ ਕੀ ਆ ਐਕਚੁਅਲੀ ਨਾ ਕੁੱਤੇ ਬਈ ਅਟੈਕ ਕਰ ਦਿੰਦੇ ਆ ਮੈਂ ਐਲ ਕਲਾਫਤ 'ਚ ਦੇਖਿਆ ਸੀਗਾ ਇੱਕ ਮੁੰਡਾ ਜਾ ਰਿਹਾ ਸੀ ਇੱਦਾਂ ਕੋਈ ਪਤਾ ਨਹੀਂ ਜੈਪਨੀ ਸੀਗਾ ਜਾਂ ਕਿਵੇਂ ਬਈ ਉਹ ਜਾ ਰਿਹਾ ਸੀ ਤਾਂ ਉੱਤੇ ਕੁੱਤੇ ਨੇ ਇੱਕਦਮ ਅਟੈਕ ਕਰਤਾ ਜਿਹੜੇ ਆਵਾਰਾ ਕੁੱਤੇ ਆ ਉਹਨਾਂ ਦਾ ਥੋੜ੍ਹਾ ਜਿਹਾ ਧਿਆਨ ਤੁਹਾਨੂੰ ਇੱਥੇ ਰੱਖਣਾ ਪੈਣਾ ਸ਼ਹਿਰ ਉੱਚਾ ਨੀਵਾਂ ਕਾਫੀ ਆ ਦੇਖਿਓ ਬਿਲਕੁਲ ਹੀ ਬਾਈ ਨੇ ਇੱਦਾਂ ਥੱਲੇ ਨੂੰ ਕਰਤਾ ਮਤਲਬ ਬਾਈ ਨੇ ਤਾਂ ਕੀ ਕੀਤਾ ਖੈਰ ਆਉਣਾ ਹੀ ਇੱਦਾਂ ਪੈਣਾ ਸੀ ਉਹ ਸਾਹਮਣੇ ਕੁਛ ਕਰੂਜ਼ ਖੜੀਆਂ ਹੋਈਆਂ ਉਹ ਤਾਂ ਬਹੁਤ ਵੱਡੀ ਕਰੂਜ਼ ਆ ਬਈ ਇਹ ਵਾਲੀ ਤਾਂ ਜਿਹੜੀ ਸਾਹਮਣੇ ਖੜੀ ਹੋਈ ਹੈ ਪ੍ਰੋਪਰ ਜਿੰਨੀ ਫੁੱਲ ਵੱਡੀ ਹੁੰਦੀ ਉਨੀ ਤਾਂ ਨਹੀਂ ਪਰ ਕਾਫੀ ਵੱਡੀ ਹੈ ਵੀ ਇਹ ਆ ਗਿਆ ਬੱਸ ਟਰਮੀਨਲ ਆਹ ਬਾਈ ਨੇ ਲਾਤਾ ਇੱਥੇ ਤੇ ਇੱਥੋਂ ਹੁਣ ਜਾਂਦੇ ਹਾਂ ਆਪਾਂ ਕਰੂਜ਼ ਕੰਪਨੀ ਵਾਲੇ ਪਾਸੇ ਨਾਲੇ ਕੁਛ ਖਾਣਾ ਪੀਣਾ ਪਰ ਬਾਈ ਬਾਈ ਇਮਾਨਦਾਰ ਬੜਾ ਸੀਗਾ ਬਾਈ ਇਮਾਨਦਾਰੀ ਇਹ ਬਣੇ 2200 ਰੁਪਏ ਮਤਲਬ 2247 ਤੇ ਅਸੀਂ ਬਾਈ ਨੇ ਕਿਹਾ ਬਾਈ ਡਾਲਰ ਦੇ ਦਈਏ ਬਾਈ ਕਹਿੰਦਾ $2 ਦੇ ਦਿਓ $2 ਬਾਈ ਵੈਸੇ 2000 ਹੀ ਹੁੰਦੇ ਆ ਬਾਈ ਕਹਿੰਦਾ $2 ਦੇ ਦਿਓ ਅਸੀਂ ਉਹਨੂੰ 2200 ਦਿੱਤੇ ਪੂਰੇ ਤੇ ਉਹਨੇ ਕੁਛ ਨਹੀਂ ਕਿਹਾ ਮੈਂ ਹੋਰ ਦੇ ਰਿਹਾ ਸੀ ਮੈਂ ਕਿਹਾ ਯਾਰ ਚੱਲ ਐਕਸਟਰਾ ਦੇ ਦਿੰਦੇ ਹਾਂ ਕਿੱਡੀ ਗੱਲ ਆ ਬੰਦਾ ਮੰਨ ਵੀ ਗਿਆ ਵੈਸੇ ਸਾਡੇ ਕੋਲ ਫਿਰ ਘੱਟ ਪੈ ਜਾਣੇ ਸੀ ਪਰ ਬਾਈ ਨਹੀਂ ਕਹਿੰਦਾ ਨਹੀਂ 2200 ਓਕੇ ਆ ਦੇਖ ਲਓ ਯਾਰ ਹਨਾ ਵਧੀਆ ਬੰਦਾ ਸੀ ਓਕੇ ਬੰਦਾ ਸੀ ਇਦਾਂ ਦੀ ਗੱਲ ਨਹੀਂ ਟੈਕਸੀ ਵਾਲੇ ਬੰਦੇ ਵਧੀਆ ਵੀ ਮਿਲਦੇ ਆ ਮੈਂ ਹਮੇਸ਼ਾ 100% ਮਾੜੇ ਨਹੀਂ ਕਿਹਾ ਚਲੋ ਹੁਣ ਚੱਲੀਏ ਬਈ ਆਪਾਂ ਰੈਸਟੋਰੈਂਟ ਕੁਝ ਖਾਂਦੇ ਆ ਪੀਂਦੇ ਆ ਫਿਰ ਕੰਪਨੀ ਵੀ ਜਾਵਾਂਗੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਬਈ ਅਸੀਂ ਤਾਂ ਸਿਰਫ ਆਨਲਾਈਨ ਉਹਨਾਂ ਨਾਲ ਮੇਲ ਤੇ ਹੀ ਅੱਜ ਤੱਕ ਗੱਲ ਹੋਈ ਆ ਜੋ ਵੀ ਹੋਈ ਆ ਤੇ ਉਦਾਂ ਸਾਡੀ ਕੋਈ ਗੱਲ ਨਹੀਂ ਹੋਈ ਦੇਖਦੇ ਆ ਕੀ ਬੋਲਦੇ ਆ ਕਿੱਦਾਂ ਦਾ ਮਾਹੌਲ ਰਹਿੰਦਾ ਕੀ ਕੁਝ ਸਾਨੂੰ ਸਮਝਾਉਂਦੇ ਆ ਸਾਰੀ ਗੱਲ ਤੁਹਾਡੇ ਨਾਲ ਸ਼ੇਅਰ ਕਰੂੰਗਾ ਆਹ ਤਾਂ ਅਰਜਨਟੀਨਾ ਦਾ ਝੰਡਾ ਤੇ ਆਹ ਮੈਨੂੰ ਲੱਗਦਾ ਨਾ ਇਹਨਾਂ ਦਾ ਇੱਥੇ ਲੋਕਲ ਝੰਡਾ ਹੋਣਾ ਜਿਵੇਂ ਇਹਨਾਂ ਦੀਆਂ ਸਟੇਟਸ ਦੇ ਹੁੰਦੇ ਜਿਹੜਾ ਇਹ ਪੂਰਾ ਏਰੀਆ ਨਾ ਪੈਟਾਗੋਨੀਆ ਕਹਿੰਦੇ ਆ ਇਸ ਪੂਰੇ ਰੀਜਨ ਨੂੰ ਮਤਲਬ ਜਿਹੜਾ ਥੱਲੇ ਵਾਲਾ ਬਿਲਕੁਲ ਸਾਊਥ ਵਾਲਾ ਚਿੱਲੀ ਦਾ ਤੇ ਅਰਜਨਟੀਨਾ ਦਾ ਜਿਹੜਾ ਏਰੀਆ ਇਹ
ਚਲੋ ਯਾਰ ਕੋਈ ਰੈਸਟੋਰੈਂਟ ਦੇਖੀਏ। ਉੱਥੇ ਰੈਸਟੋਰੈਂਟ ਬਹੁਤ ਮਹਿੰਗੇ ਮਹਿੰਗੇ ਆ ਅਤੇ ਪਰ ਖਾਣਾ ਵੀ ਵਧੀਆ ਨਹੀਂ ਗਾ ਬਈ ਲੱਗਦਾ ਮੈਨੂੰ। ਇੱਦਾਂ ਰਿਵਿਊਜ਼ ਵੀ ਸਾਰਿਆਂ ਦੇ ਇੱਦਾਂ ਦੇ ਆ, ਸਾਰਿਆਂ ਨੇ ਲਿਖਿਆ ਹੋਇਆ ਕਿ ਯਾਰ ਵਧੀਆ ਨਹੀਂ ਹੈ ਵਧੀਆ ਨਹੀਂ ਹੈ। ਤੁਸੀਂ ਪੈਸੇ ਲਓ, ਚਲੋ ਕੋਈ ਗੱਲ ਨਹੀਂ, ਟੂਰਿਸਟਿਕ ਜਗ੍ਹਾ ਹੈ, ਪੈਸੇ ਲਓ ਤੁਸੀਂ ਜਿੰਨੇ ਮਰਜ਼ੀ ਲਓ, ਪਰ ਐਟਲੀਸਟ ਕੁਛ ਦਓ ਤਾਂ ਨਾ ਉਹਦੇ ਵਿੱਚ ਯਾਰ। ਇੱਥੇ ਆ ਗਿਆ ਇੱਕ ਰੈਸਟੋਰੈਂਟ ਜਿਹਾ, ਪੀਜ਼ਾ ਪਾਸਤਾ ਖੁੱਲ੍ਹਾ ਕਿ ਨਹੀਂ ਪਤਾ ਨਹੀਂ ਯਾਰ, ਇਹ ਬੰਦ ਲੱਗਦਾ ਮੈਨੂੰ। ਨਹੀਂ ਓਪਨ ਹੈ ਲਿਖਿਆ ਹੋਇਆ ਪੀਜ਼ਾ ਪਾਸਤਾ। ਆਂਟੀ ਜਿਹੜੀਆਂ ਵੀ ਖੜਕਾਉਣ ਲੱਗ ਗਈਆਂ ਬਈ, ਦੇਖਦੇ ਹਾਂ ਬਾਈ ਖੋਲਣਗੇ ਤਾਂ ਯਾਰ ਭੁੱਖ ਬਹੁਤ ਲੱਗੀ, ਇੱਕ ਮੀਂਹ ਪੈ ਰਿਹਾ ਯਾਰ ਸਵੇਰ ਦੇ, ਇੱਥੇ ਮੀਂਹ ਨਹੀਂ ਹਟਦਾ ਬਈ। ਪਰ ਉਹ ਬਾਈ ਨੇ ਤਾਂ ਖੋਲਿਆ ਨਹੀਂ ਬਈ, ਪਤਾ ਨਹੀਂ ਓਪਨ ਲਿਖ ਰੱਖਿਆ ਖੋਲਿਆ ਨਹੀਂ। ਆਂਟੀਆਂ ਵੀ ਚੱਲ ਗਈਆਂ, ਅਸੀਂ ਵੀ ਚੱਲ ਗਏ। ਹੁਣ ਇੱਥੇ ਹੀ ਕੰਪਨੀ ਹੈ ਜਿੱਦਾਂ ਕੰਪਨੀ ਦਾ ਆਫਿਸ ਆ, ਮਤਲਬ ਜਿੱਥੋਂ ਕਰੂਜ਼ ਬੁੱਕ ਕੀਤੀ ਹੈ, ਉਹਨਾਂ ਨੂੰ ਮਿਲ ਲੈਂਦੇ ਹਾਂ ਜਾਂਦੇ ਹੋਏ, ਅਤੇ ਇੱਧਰੋਂ ਕੋਈ ਰੈਸਟੋਰੈਂਟ ਦੇਖ ਲਵਾਂਗੇ, ਕੋਈ ਹੋਰ ਦੇਖਣਾ ਪੈਣਾ। ਇੰਡੀਅਨ ਰੈਸਟੋਰੈਂਟ ਬਈ ਇਸ ਸ਼ਹਿਰ ਦੇ ਵਿੱਚ ਨਹੀਂ ਹੈਗਾ। ਲੋ ਵੀ ਆਫਿਸ 'ਚ ਆ ਗਏ ਅਸੀਂ ਇਹਨਾਂ ਦੇ। ਇੱਥੇ ਇਹਨਾਂ ਨੇ ਇੱਕ ਆ ਝੋਲਾ ਦੇਤਾ, ਝੋਲੇ ਦੇ ਵਿੱਚ ਇੱਕ ਵਾਟਰ ਪਰੂਫ ਜਿਹੜੀ ਪੈਂਟਸ ਆ ਉਹ ਮੈਂ ਤੁਹਾਨੂੰ ਜਾ ਕੇ ਹੀ ਦਿਖਾ ਪਾਊਂਗਾ ਬਈ, ਅਤੇ ਕੁਛ ਹੋਰ ਇਹਨਾਂ ਨੇ ਚੀਜ਼ਾਂ ਦਿੱਤੀਆਂ। ਮੀਂਹ ਬੜਾ ਤੇਜ਼ ਹੋ ਰਿਹਾ, ਪਿੱਛੇ ਇਹਨਾਂ ਦਾ ਆਫਿਸ ਸੀਗਾ ਬਈ ਇੱਥੇ। ਹੁਣ ਆਪਾਂ ਚੱਲਦੇ ਹਾਂ ਕੋਈ ਰੈਸਟੋਰੈਂਟ ਲੱਭਦੇ ਹਾਂ। ਨੇ ਬਈ ਕੀ ਕੁਛ ਦਿੱਤਾ ਵਿੱਚ, ਇੱਕ ਰਾਤ ਦਾ ਡਿਨਰ ਵੀ ਸਾਡਾ ਇਨਕਲੂਡ ਹੈ, ਸਾਡੀ ਚਾਰਟਰਡ ਫਲਾਈਟ ਇਨਕਲੂਡ ਸੀਗੀ ਬੋਇਨਸ ਤੋਂ ਇੱਥੇ ਤੱਕ ਦੀ, ਬੋਇਨਸ ਐਰਿਸ ਇੱਥੋਂ ਬੋਇਨਸ ਐਰਿਸ ਤੱਕ ਦੀ। ਪਰ ਬਈ ਅਸੀਂ ਉਹ ਚਾਰਟਰ ਫਲਾਈਟ ਨਹੀਂ ਲਈ, ਅਸੀਂ ਆਪਦੀ ਫਲਾਈਟ ਲੈ ਕੇ ਇੱਥੇ ਆ ਗਏ। ਇੱਥੇ ਆ ਕੇ ਅਸੀਂ ਇਹ ਸ਼ਹਿਰ ਵੀ ਦੇਖਣਾ ਸੀਗਾ ਅਤੇ ਹੋਰ ਬੜੀਆਂ ਚੀਜ਼ਾਂ ਦੇਖਣੀਆਂ ਸੀਗੀਆਂ ਤਾਂ ਕਰਕੇ, ਅਤੇ ਇਹਨਾਂ ਨੇ ਇੱਕ ਡਿਨਰ ਵੀ ਦਿੱਤਾ ਬਈ। ਅਤੇ ਹੋਰ ਆ ਪੈਂਟ ਜਿਹੜੀ ਇਹ ਵਾਪਸ ਕਰਨੀ ਹੈ, ਗਲਵਜ਼ ਵਾਪਸ ਕਰਨੇ ਆ, ਬਾਕੀ ਕੁਛ ਵੀ ਵਾਪਸ ਨਹੀਂ ਕਰਨਾ। ਕਹਿੰਦਾ ਝੋਲਾ ਤੁਹਾਡਾ, ਅਤੇ ਵਿੱਚ ਪੋਸਟ ਕਾਰਡ ਅਤੇ ਕੁਛ ਹੋਰ ਚੀਜ਼ਾਂ ਦਿੱਤੀਆਂ। ਅਤੇ ਇਸ ਤੋਂ ਇਲਾਵਾ ਸਾਨੂੰ ਇੱਕ ਜੈਕਟ ਮਿਲੂਗੀ, ਉਹ ਕਰੂਜ਼ ਵਾਲੇ ਦੇਣਗੇ ਵੀ, ਉਹ ਕਰੂਜ਼ ਵਾਲਿਆਂ ਵੱਲੋਂ ਇੱਕ ਇਹਨੇ ਇਹਦੇ ਵਿੱਚ ਕੈਪ ਦਿੱਤੀ ਆ ਗਰਮ ਜੀ, ਵੀ ਜੇ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਹੋ। ਅਤੇ ਇਹ ਸਭ ਚੀਜ਼ਾਂ ਇਹਨਾਂ ਨੇ ਦਿੱਤੀਆਂ ਬਈ। ਇਹਦਾ ਅਸੀਂ ਕੁੱਲ ਰੇਟ ਜਿਹੜਾ ਪਿਆ ਸੀਗਾ $10,000, ਮਤਲਬ 10,000 ਕੁਛ, ਮਤਲਬ ਕੁਛ ਟੈਕਸ ਵਗੈਰਾ ਲੱਗ ਕੇ ਕੁਛ 8.5 ਲੱਖ ਇੰਡੀਅਨ ਰੁਪੀਜ਼ ਅਸੀਂ ਬੁੱਕ ਪੇ ਕੀਤੇ ਆ, ਇੱਕ ਜਿਹੜਾ ਮਤਲਬ ਰੂਮ ਲਈ ਕਹਿ ਸਕਦੇ ਹੋ ਤੁਸੀਂ। ਅਤੇ ਉਹਦੇ ਵਿੱਚ ਬਸ ਬਈ ਇਹੀ ਕੁਛ ਮਿਲੂਗਾ, ਔਰ 10-11 ਦਿਨ ਦਾ ਪੂਰਾ ਟ੍ਰਿਪ ਹੋਣ ਵਾਲਾ। ਚੱਲਾਂਗੇ ਡਿਨਰ, ਦੇਖਦੇ ਹਾਂ ਕਿੱਦਾਂ ਦਾ ਇਹ ਦੇਣਗੇ ਸ਼ਾਮ ਨੂੰ। ਹੇਅਰ ਕੱਟ ਦੀ ਵੀ ਇਹ ਦਿੰਦੇ ਆ, ਕਿਉਂਕਿ ਬਈ ਨਾਨਕੁਰ ਬਾਈ ਦਾ ਕਰਾਈ ਸਕਦੇ, ਸੋ ਉਹ ਆਪਦਾ ਹੇਅਰ ਕੱਟ ਅਤੇ ਜੋ ਵੀ ਉਹਨਾਂ ਨੇ ਕਰਾਉਣਾ ਉਹ ਵੀ ਉੱਥੇ ਇੱਕ ਸੈਲੂਨ ਹੈ ਉਹਦਾ ਦਿੱਤਾ, ਅਤੇ ਉੱਥੇ ਉਹ ਵੀ ਕਰਾ ਸਕਦੇ। ਇੱਥੇ ਕਈ ਸਾਰੀਆਂ ਦੁਕਾਨਾਂ, ਜਿਵੇਂ ਆਹ ਹੋ ਗਈ, ਉਹ ਸਾਹਮਣੇ ਦਾ ਦੁਕਾਨ ਦਾ ਨਾ ਹੀ ਰੈਂਟਲ ਹੈ, ਦੇਖ ਸਕਦੇ ਹੋ। ਸੋ ਵੀ ਇਹ ਸਾਰੀਆਂ ਦੁਕਾਨਾਂ ਤੋਂ ਨਾ ਤੁਸੀਂ ਰੈਂਟ ਕਰ ਸਕਦੇ ਹੋ ਜਿਹੜਾ ਚੀਜ਼ ਇਹਨਾਂ ਨੇ ਸਾਨੂੰ ਦਿੱਤੀਆਂ, ਵਾਟਰਪਰੂਫ ਪੈਂਟ ਵਗੈਰਾ, ਗਲਵਜ਼ ਵਗੈਰਾ, ਕੈਪ ਵਗੈਰਾ, ਉਹ ਸਾਰਾ ਕੁਛ, ਕਿਉਂਕਿ ਲੋਕ ਜਾਣਦੇ ਆ ਵੀ ਰੈਂਟ ਕਰਦੇ ਆ। ਪਰ ਸਾਡੀ ਕੰਪਨੀ ਨੇ ਸਾਨੂੰ ਇਹ ਸਾਰਾ ਕੁਛ ਵੇਚ ਹੀ ਦਿੱਤਾ ਬਈ, ਪੋਸਟ ਕਾਰਡ ਦੇ ਅਤੇ ਹੋਰ ਚੀਜ਼ਾਂ ਦੇਤੀਆਂ। 4.25 ਲੱਖ ਮੇਰਾ ਅਤੇ 4.25 ਲੱਖ ਨਵਨਕੁਰ ਬਾਈ ਦਾ, ਮਤਲਬ ਦੋਨਾਂ ਨੇ ਅਸੀਂ ਜਿਹੜਾ 8.5 ਲੱਖ ਟੋਟਲ ਇਹਦੇ ਲਈ ਪੇ ਕੀਤਾ ਬਈ। ਓਬਵੀਅਸ ਜੀ ਗੱਲ ਆ ਬਈ, ਤੁਸੀਂ ਵੀ ਸਾਰੇ ਲੋਕਾਂ ਨੇ ਬਹੁਤ ਸਾਰੀ ਸਪੋਰਟ ਕੀਤੀ ਉਹਦੇ ਲਈ, ਕੁਛ ਫੰਡਿੰਗ ਤੁਹਾਡੇ ਵੱਲੋਂ ਹੋਈ ਬਈ। ਮੈਂ ਉਹ ਕੋਈ ਆਪਦੇ ਪਰਸਨਲ ਯੂਜ਼ ਲਈ ਨਹੀਂ ਮੰਗੀ ਸੀਗੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ, ਅਤੇ ਕੁਛ ਪੈਸੇ ਬਈ ਮੈਂ ਆਪਦੇ ਕੋਲੋਂ ਪੇ ਕੀਤੇ। ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਬਈ, ਜਿਨ੍ਹਾਂ ਨੇ ਵੀ 1 ਰੁਪਈਆ ਹੀ ਕਿਉਂ ਨਾ ਦਿੱਤਾ ਹੋਵੇ। ਇਹਨੇ ਇੱਕ ਰੈਕਮੈਂਡ ਕੀਤਾ ਰੈਸਟੋਰੈਂਟ, ਕਹਿੰਦਾ ਉੱਥੇ ਵਧੀਆ ਹੁੰਦਾ, ਹੁਣ ਉਹ ਲੱਭਦੇ ਹਾਂ ਬਈ ਫਿਰ ਉੱਥੇ ਜਾ ਕੇ ਖਾਂਦੇ ਹਾਂ, ਕਿਉਂਕਿ ਇੱਥੇ ਰੈਸਟੋਰੈਂਟ ਯਾਰ ਜ਼ਿਆਦਾ ਵਧੀਆ ਹੈ ਨਹੀਂ ਗਾ। ਬਾਈ ਆਪ ਵੀ ਦੱਸ ਰਿਹਾ ਸੀ, ਕਹਿੰਦਾ ਯਾਰ ਇੱਥੇ ਬਹੁਤੇ ਵਧੀਆ ਨਹੀਂ, ਗਿਣਤੀ ਦੇ ਹੀ 1-2 ਹੀ ਤੁਹਾਨੂੰ ਮਿਲਣਗੇ ਜਿਹੜੇ ਰੈਸਟੋਰੈਂਟ ਠੀਕ ਨੇ। ਇਸ ਏਰੀਆ ਨੂੰ ਪੈਟਾਗੋਨੀਆ ਕਹਿੰਦੇ ਨੇ, ਆ ਦੇਖੋ ਇੱਥੇ ਵੀ ਲਿਖਿਆ ਹੋਇਆ ਚਿੱਲੀ, ਅਤੇ ਉਹਦੇ ਵਿੱਚ ਇਨਕਲੂਡ ਹੈ, ਮਤਲਬ ਚਿੱਲੀ ਦਾ ਅਤੇ ਸਾਊਥ ਵਾਲਾ ਏਰੀਆ ਅਰਜਨਟੀਨਾ ਦਾ ਪੈਟਾਗੋਨੀਆ ਹੀ ਬਣਦਾ। ਸਾਡੀ ਗੱਲ ਬਹੁਤ ਪਹਿਲਾਂ ਦੀ ਚੱਲ ਰਹੀ ਸੀ, ਇਹਨਾਂ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਦੱਸੀਆਂ ਸੀਗੀਆਂ ਵੀ ਤੁਹਾਨੂੰ ਆਹ ਦੇਵਾਂਗੇ ਆਹ ਦੇਵਾਂਗੇ, ਅਤੇ ਉਹਨੇ ਫਿਰ ਦਿਖਾਇਆ ਵੀ ਅਸੀਂ ਤੁਹਾਨੂੰ ਮੇਲ 'ਚ ਕੀ ਕੁਛ ਲਿਖਿਆ ਸੀਗਾ, ਅਤੇ ਜੋ ਅਸੀਂ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਸਾਰਾ ਕੁਛ ਤੁਹਾਡਾ ਇਨਕਲੂਡ ਹੈ, ਜੋ ਜੋ ਚੀਜ਼ਾਂ ਵੀ ਤੁਹਾਡੀਆਂ ਹੈਗੀਆਂ, ਮਤਲਬ ਜੇ ਤੁਸੀਂ ਕੋਈ ਵੈਨ ਲੈ ਕੇ ਆਉਂਦੇ ਤੁਹਾਡੀ ਵੈਨ ਦੀ ਪਾਰਕਿੰਗ ਕਰਾ ਦੇਣਗੇ, ਇੱਕ ਬਾਈਸਾਈਕਲ ਦਾ ਟੂਰ, ਇੱਕ ਨੈਸ਼ਨਲ ਪਾਰਕ ਦੀ ਇਹਨਾਂ ਨੇ ਟਿਕਟ ਦਿੱਤੀ ਸਾਨੂੰ, ਕਈ ਚੀਜ਼ਾਂ ਦਿੱਤੀਆਂ ਜਿਵੇਂ ਛੋਟੀਆਂ ਮੋਟੀਆਂ ਜਿਹੜੀਆਂ ਹੁੰਦੀਆਂ ਕਿ ਬਈ ਠੀਕ ਲੱਗਿਆ ਉਹਨਾਂ ਦਾ ਵੀ, ਕਾਫੀ ਵਧੀਆ ਸੀਗਾ ਗੱਲਬਾਤ ਕੀਤੀ। ਉਹ ਕਹਿੰਦੇ ਹੁਣ 2 ਹੀ ਬਚੇ ਆ, ਅਤੇ ਹੁਣ ਉਹਦਾ ਪ੍ਰਾਈਜ਼ ਹੈਗਾ $34,000, ਜਿਹੜੇ ਰੂਮ ਬਚੇ ਹੋਏ ਨੇ, ਤਾਂ ਦੇਖ ਲਓ ਬਈ, ਕਿਉਂਕਿ ਹੁਣ ਤਾਂ ਵੀ ਬਿਲਕੁਲ ਲਾਸਟ ਮੂਮੈਂਟ ਹੀ ਹੈ ਹੁਣ, ਮਤਲਬ ਬਹੁਤ ਮਹਿੰਗਾ ਕੰਮ ਚੱਲ ਰਿਹਾ ਇੱਥੇ। ਉੱਦਾਂ ਇੱਥੇ ਬਹੁਤ ਸਾਰੇ ਬਣੇ ਹੋਏ ਨੇ, ਕਈ ਵਾਰ ਕਹਿੰਦੇ ਵੀ ਇੱਥੇ ਆ ਕੇ ਤੁਹਾਨੂੰ ਸਸਤੇ ਵੀ ਮਿਲ ਜਾਂਦੇ ਨੇ, ਉਹ ਤਾਂ ਹੁਣ ਬਈ ਡਿਪੈਂਡ ਕਰਦਾ, ਪਰ ਜੇ ਤੁਸੀਂ ਪਹਿਲਾਂ ਹੀ ਗੱਲ ਕਰਕੇ ਇਹਨਾਂ ਨੂੰ ਰੱਖੋਗੇ ਤਾਂ ਸ਼ਾਇਦ
ਤੁਹਾਨੂੰ ਥੋੜ੍ਹਾ ਕਾਫੀ ਸਸਤੇ ਦੇ ਵਿੱਚ ਇਹ ਚੀਜ਼ਾਂ ਪੈ ਜਾਣਗੀਆਂ। ਬਸ ਇਹੀ ਸਾਰਾ ਕੁਛ ਹੈ ਬਈ, ਜਿਹੜਾ ਕੁਛ ਵੀ ਹੈ ਪਰ ਮਤਲਬ ਇਮਾਨਦਾਰ ਲੱਗੇ ਬਈ, ਜੋ ਇਹਨਾਂ ਨੇ ਡੇਲ 'ਚ ਲਿਖੀ ਸੀਗੀ ਉਹ ਸਾਰਾ ਕੁਛ ਦੇਣ ਨੂੰ ਤਿਆਰ ਹੈ, ਮੁੱਕਰੇ ਨਹੀਂ ਗੇ ਵੀ ਨਹੀਂ ਬਈ ਹੁਣ ਤਾਂ ਲੇਟ ਆ ਫਲਾਨਾ ਤਿਉਂਕਾ ਇੱਦਾਂ ਦੀ ਕੋਈ ਗੱਲ ਇਹਨਾਂ ਨੇ ਨਹੀਂ ਕੀਤੀ। ਇੱਥੇ ਹੈ ਬਈ ਆਹ ਇੱਕ ਰੈਸਟੋਰੈਂਟ ਜੈਰੀ ਬਟਨ ਲਿਖਿਆ ਹੋਇਆ, ਇਹਨੇ ਰੈਕਮੈਂਡ ਕੀਤਾ ਬਾਈ ਨੇ, ਦੇਖਦੇ ਹਾਂ ਵੀ ਕਿੰਨਾ ਕੁ ਵਧੀਆ ਹੁੰਦਾ। ਲੱਗ ਤਾਂ ਦੇਖਣ ਨੂੰ ਤਾਂ ਸੋਹਣਾ ਹੀ ਲੱਗ ਰਿਹਾ ਪਰ ਫੂਡ ਵੀ ਵਧੀਆ ਹੋਣਾ ਚਾਹੀਦਾ। ਇਹ ਆ ਗਿਆ ਬਈ, ਬੰਦ ਆ, ਖੁੱਲ੍ਹਾ, ਮੈਨੂੰ ਤਾਂ ਬੰਦ ਹੀ ਲੱਗਦਾ, ਬੰਦ ਆ ਬਈ ਇਹ ਤਾਂ ਯਾਰ, ਸਾਰੇ ਹੀ ਬੰਦ ਪਏ ਇੱਥੇ। ਇਹਨਾਂ ਨੇ ਆਹੀ ਲਾ ਰੱਖਿਆ ਅੱਗੇ, ਹਾਂ ਸ਼ਾਇਦ ਬਈ ਐਂਟਰੀ ਪਰਲੇ ਪਾਸੇ ਦੀ ਨਾ ਹੋਵੇ ਕਿਤੇ, ਦੇਖ ਲੈਂਦੇ ਹਾਂ ਚੱਲ ਕੇ। ਬੰਦ ਹੈ ਬਈ ਇਹ ਰੈਸਟੋਰੈਂਟ ਤਾਂ, ਹੁਣ ਉੱਥੇ ਇੱਕ ਹੋਰ ਪਿੱਛੇ ਕੈਫੇ ਜਾਂ ਰੈਸਟੋਰੈਂਟ ਜਾ ਸੀਗਾ, ਉਹ ਦੇਖਣਾ ਪੈਣਾ, ਉੱਥੇ ਕੁਛ ਮਿਲੂਗਾ, ਸਾਹਮਣੇ ਹੀ ਹੈ। ਠੀਕ ਲੱਗ ਰਿਹਾ ਯਾਰ ਇਹ ਸ਼ਹਿਰ ਤਾਂ ਦੇਖਣ ਨੂੰ, ਵਧੀਆ ਪਿਆਰਾ ਜਿਹਾ, ਪਰ ਮੀਂਹ ਨਹੀਂ ਹਟਦਾ ਯਾਰ ਇੱਥੇ। ਜਿਹੜੀ ਇਹ ਚਾਰਟਰਡ ਫਲਾਈਟ ਕਰਦੇ ਨਾ, ਜਿਵੇਂ ਦੇਖੋ ਆ ਤਾਂ ਐਰੋਲਾਈਨ ਅਰਜਨਟੀਨਾ ਸੀ, ਇਹ ਚਾਰਟਰਡ ਫਲਾਈਟ ਕਿਵੇਂ ਕਰਦੇ ਆ, ਇਹਨਾਂ ਨੂੰ ਪਤਾ ਵੀ ਇਹਨਾਂ ਦੀ ਕਰੂਜ਼ ਦੇ ਵਿੱਚ 200 ਬੰਦੇ ਆਉਣ ਵਾਲੇ ਆ, ਅਤੇ ਫਲਾਈਟ 'ਚ ਇੰਨੇ ਹੀ ਬੰਦੇ ਬਹਿੰਦੇ, 170-180-200 ਜਿੰਨੇ ਵੀ, ਅਤੇ ਇਹ ਕੀ ਕਰਦੇ ਆ ਵੀ ਨਾ ਉਹ ਇੱਕ ਕੋਈ ਵੀ ਏਅਰਲਾਈਨ ਜਿਵੇਂ ਅਰਜਨਟੀਨਾ ਦੀ ਹੋ ਗਈ, ਉਹ ਹੋਰ ਵੀ ਫਲਾਈ ਬੋਨ ਦੀ ਵਗੈਰਾ ਕਈ ਚੱਲਦੀਆਂ, ਅਤੇ ਉਹਨਾਂ ਨਾਲ ਡੀਲ ਕਰ ਲੈਂਦੇ ਆ, ਅਤੇ ਉਹ ਏਅਰਲਾਈਨਾਂ ਕੀ ਕਰਦੀਆਂ ਵੀ ਆਪਦਾ ਇੱਕ ਪਲੇਨ ਇਹਨਾਂ ਨੂੰ ਇੱਕ ਦਿਨ ਲਈ ਦੇ ਦਿੰਦੀਆਂ, ਮਤਲਬ ਆਪਦਾ ਸਾਰਾ ਕੁਛ ਪਾਇਲਟ ਵਗੈਰਾ ਜੋ ਵੀ ਆਪਦੇ ਪੈਸੇ ਲੈ ਲੈਂਦੀਆਂ, ਅਤੇ ਆਪਦੇ ਸਾਰੇ ਜਿੰਨੇ ਵੀ ਇਹਨਾਂ ਦੀ ਕਰੂਜ਼ ਦੇ ਪੈਸੈਂਜਰ ਹੁੰਦੇ ਆ, ਅਤੇ ਉਹ ਬਈ ਇੱਥੇ ਆ ਜਾਂਦੇ ਆ ਅਤੇ ਉਹਨਾਂ ਨੂੰ ਇੱਥੋਂ ਪਿੱਕ ਕਰ ਲੈਂਦੇ ਆ। ਪਰ ਜਿਹੜੇ ਬਈ ਇਹ ਤਾਂ ਬਿਲਕੁਲ ਟਾਈਮ ਟੂ ਟਾਈਮ ਆ, ਜਿਵੇਂ ਹੁਣ ਸਾਡੀ ਜਦੋਂ ਜਾਣੀ ਆ ਉਸ ਦਿਨ ਸਵੇਰੇ ਕਹਿੰਦੇ ਫਲਾਈਟ ਪਹੁੰਚੂਗੀ, 1-2 ਘੰਟੇ ਬਸ ਤੁਹਾਨੂੰ ਮਿਲਣਗੇ, ਦੁਪਹਿਰੇ ਤੁਹਾਨੂੰ ਕਰੂਜ਼ 'ਚ ਭਾ ਦੇਣਗੇ। ਪਰ ਜੇ ਤੁਸੀਂ ਪਹਿਲਾਂ ਆ ਜਾਓਗੇ ਇੱਥੇ ਬਈ ਆਪਦੀ ਫਲਾਈਟ ਲੈ ਕੇ, 7-8 ਹਜ਼ਾਰ ਦੀ ਫਲਾਈਟ ਡਾਇਰੈਕਟ ਮਿਲ ਜਾਂਦੀ, ਅਸੀਂ ਤਾਂ ਚਲੋ ਘੁੰਮ ਕੇ, ਮੈਨੂੰ 22-25 ਹਜ਼ਾਰ ਦੀ ਪੈ ਗਈ ਕਿ ਐਲਕਲਾ ਫਤਿਹ ਵੀ ਜਾਣਾ ਸੀਗਾ, ਅਤੇ ਫਿਰ ਬਈ ਤੁਸੀਂ ਇੱਥੇ ਆ ਕੇ ਜਿਹੜਾ ਸ਼ਹਿਰ ਵੀ 2-4 ਦਿਨ ਵਧੀਆ ਘੁੰਮ ਸਕਦੇ ਹੋ, ਕਿਉਂਕਿ ਪਿਆਰਾ ਸ਼ਹਿਰ ਆ, ਵਧੀਆ ਲੱਗੂਗਾ, ਦੁਨੀਆ ਦਾ ਆਖਰੀ ਸ਼ਹਿਰ ਆ। ਇੱਥੇ ਇੱਕ ਨਾ ਛੋਟਾ ਜਿਹਾ ਸੈਂਟਰ 'ਚ ਮਾਲ ਜਿਹਾ ਬਣਿਆ ਹੋਇਆ ਸੀ, ਉੱਥੇ ਆ ਗਏ, ਉੱਥੇ ਇੱਕ ਰੈਸਟੋਰੈਂਟ ਸੀਗਾ ਇਹ, ਪਤਾ ਨਹੀਂ ਹੁਣ ਕੀ ਕੁਛ ਹੋਊਗਾ ਇੱਥੇ, ਪਰ ਮੈਨੂੰ ਲੱਗਦਾ ਤਾਂ ਨਹੀਂ ਕੁਛ ਵਧੀਆ ਹੋਊਗਾ, ਜੋ ਵੀ ਹੋਊਗਾ ਬਈ ਹੁਣ ਉਹੀ ਖਾਣਾ ਪੈਣਾ, ਕੀ ਕਰ ਸਕਦੇ ਹਾਂ, ਉਹ ਰੈਸਟੋਰੈਂਟ ਬੰਦ ਸੀਗਾ, ਚਲੋ ਸ਼ਾਮ ਨੂੰ ਦੇਖ ਲਾਂਗੇ, ਨਹੀਂ ਤਾਂ ਜਾਂ ਸ਼ਾਮ ਨੂੰ ਇਹਨਾਂ ਨੇ ਜੋ ਡਿਨਰ ਸਾਨੂੰ ਦਿੱਤਾ ਨਾ ਸ਼ਾਮ ਨੂੰ ਉਹ ਕਰਾਂਗੇ ਪਹਿਲਾਂ, ਉਹ ਤਾਂ ਕਰਕੇ ਖਤਮ ਕਰੀਏ, ਬਾਕੀ ਅਗਲੇ ਦਿਨਾਂ ਤੋਂ ਦੇਖਾਂਗੇ, ਜਿਹੜਾ ਮਿਲਿਆ ਉਹਨੂੰ ਤਾਂ ਮਕਾਈਏ ਪਹਿਲਾਂ। ਨਵਨਕੁਰ ਬਾਈ ਨੇ ਆਪਦਾ ਕੁਛ ਮੰਗਾ ਲਿਆ ਸੀਗਾ, ਅਤੇ ਮੈਂ ਆਹ ਪੀਜ਼ਾ ਮੰਗਾਇਆ, ਦੇਖੋ ਇਹ ਪੀਜ਼ਾ ਕੀ ਆ ਬਾਈ, ਡੁੱਲ ਰਿਹਾ ਪੀਜ਼ਾ ਤਾਂ ਚਾਰੇ ਪਾਸਿਆਂ ਤੋਂ, ਬਸ ਇਹੀ ਹੈ ਇਹਨਾਂ ਕੋਲ ਵੈਜੀਟੇਰੀਅਨ, ਹੋਰ ਕੁਛ ਨਹੀਂ ਹੈ। ਚਲੋ ਹੁਣ ਖਾ ਕੇ ਨਿਕਲਦੇ ਹਾਂ ਫਿਰ, ਕੌਫੀ ਪੀ ਲਈ ਅਤੇ ਕੁਛ ਖਾ ਲਿਆ, ਅਤੇ ਆ ਗਏ ਆਪਾਂ ਉੱਥੋਂ ਹੁਣ, ਅਤੇ ਹੁਣ ਚੱਲਦੇ ਹਾਂ ਆਪਾਂ ਉੱਥੇ, ਨਵਨਕੁਰ ਬਾਈ ਨੇ ਆਪਦੇ ਜਿਹੜਾ ਹੇਅਰ ਕੱਟ ਜਿਹੜਾ ਮਿਲਿਆ ਉਹ ਕਰਾਉਣਗੇ ਬਈ। ਫਿਰ ਉਸ ਤੋਂ ਸਾਡੇ ਨਾਲ ਇੱਕ ਬਾਈਸਾਈਕਲ ਰਾਈਡ ਵੀ ਹੈ ਨਾ, ਉਸਮੇ ਬਾਈਸਾਈਕਲ ਰਾਈਡ ਵੀ ਉਹਨਾਂ ਨੇ ਦਿੱਤੀ ਹੈ, ਮਤਲਬ ਉਹਨਾਂ ਦੇ ਆਪਦੇ ਖੜੇ ਹੋਏ ਆ, ਉਹ ਕਹਿੰਦੇ ਤੁਸੀਂ ਚਾਹੋ ਤਾਂ ਕਰ ਸਕਦੇ ਹੋ, ਪਰ ਅੱਜ ਤਾਂ ਬਈ ਸੀਨ ਇਹ ਹੈ ਕਿ 4 ਵਜੇ ਤੱਕ ਤਾਂ ਵੈਸੇ ਹੀ ਖੁੱਲ੍ਹਾ ਹੁੰਦਾ, ਮਤਲਬ ਅੱਜ ਸ਼ਨੀ ਐਤਵਾਰ ਨੂੰ, ਉਹ ਕਹਿੰਦੇ ਕਿ ਸਵੇਰੇ ਕਿਸੇ ਵੀ ਦਿਨ ਲੈ ਲਓ, ਸੋਮਵਾਰ ਨੂੰ ਲੈ ਲਓ ਜਾਂ ਮੰਗਲਵਾਰ ਨੂੰ, ਅਤੇ ਸ਼ਾਮ ਤੱਕ ਆਪਦੀ ਰਾਈਡ ਕਰ ਲਓ, ਵੀ ਆਫਿਸ ਦੇ ਟਾਈਮ 'ਚ ਤੁਹਾਨੂੰ ਸਾਈਕਲ ਜਿਹੜਾ ਉੱਥੇ ਵਾਪਸ ਖੜਾ ਕਰਨਾ ਪੈਣਾ। ਹਾਂ ਗੱਲ ਵੀ ਸਹੀ ਆ ਬਈ, ਇੱਥੇ ਤਾਂ ਮੰਨ ਲਓ ਉੱਤੋਂ ਬ੍ਰੇਕ ਮਾਰੀ ਤਾਂ ਸਿੱਧਾ ਜਾ ਕੇ ਸਮੁੰਦਰ 'ਚ ਹੀ ਡਿੱਗੋਗੇ, ਇਹ ਵੀ ਔਖਾ ਕੰਮ। ਦੇਖੋ ਬਈ ਆਹ ਕੰਪਨੀ ਨੇ ਲਿਖ ਰੱਖਿਆ, ਅੰਟਾਰਟਿਕਾ ਲਾਸਟ ਮਿੰਟ ਆਸਕ ਹੇਅਰ। ਕਹੋਗੇ ਮੈਂ ਕੰਪਨੀ ਦਾ ਨਾਂ ਕਿਉਂ ਨਹੀਂ ਦੱਸ ਰਿਹਾ, ਮੈਂ ਤੁਹਾਨੂੰ ਬੋਟ ਦਾ ਨਾਂ ਦੱਸ ਦਿੰਦਾ ਬਈ, ਸ਼ਿਪ ਦਾ ਜਿਹੜੀ ਸਾਡੀ ਜਾ ਰਹੀ ਹੈ ਐਟਲਾਂਟਿਸ ਵੋਇਜਰਸ, 3-4 ਐਟਲਾਂਟਿਸ ਵੋਇਜਰ ਟਰੈਵਲ, ਉਹਨਾਂ 'ਚੋਂ ਇੱਕ ਹੋਊਗੀ ਸਾਡੀ, ਜਿਹੜੀ ਵੀ ਹੋਊਗੀ ਉਹ ਤਾਂ ਖੈਰ ਜਦੋਂ ਜਾਵਾਂਗੇ ਉਦੋਂ ਤੁਹਾਨੂੰ ਮੈਂ ਦੱਸ ਹੀ ਦਊਂਗਾ। ਕੰਪਨੀ ਦਾ ਮੈਂ ਤਾਂ ਨਹੀਂ ਦੱਸ ਰਿਹਾ ਵੀ, ਇਹਨਾਂ ਨਾਲ ਅਸੀਂ ਗੱਲ ਕੀਤੀ ਸੀਗੀ ਵੀ ਯਾਰ ਤੁਹਾਨੂੰ ਕੁਛ ਡਿਸਕਾਊਂਟ ਦੇ ਦਿਉ ਜਾਂ ਫਿਰ ਸਾਨੂੰ ਕੁਛ ਸਪੋਂਸਰਸ਼ਿਪ ਦੇ ਦਿਉ ਵੀ ਜਿਹਦੇ ਨਾਲ ਯਾਰ ਸਾਡੇ 'ਤੇ ਵੀ ਬੋਝ ਘੱਟ ਪਵੇ, ਬਹੁਤ ਮਹਿੰਗਾ ਹੈ, ਅਤੇ ਅਸੀਂ ਤੁਹਾਡਾ ਮਤਲਬ ਦੱਸ ਦੇਵਾਂਗੇ, ਕਿਉਂਕਿ ਯਾਰ ਦੇਖੋ ਜੇ ਬਈ ਅਸੀਂ ਕੋਈ ਗਲਤ ਚੀਜ਼ ਨੂੰ ਪ੍ਰਮੋਟ ਤਾਂ ਕਰਾਂਗੇ ਨਹੀਂ, ਤੁਹਾਡਾ ਰੇਟ ਵੀ ਸਾਨੂੰ ਸਹੀ ਲੱਗੇ, ਤੁਹਾਡੇ ਬਿਲਕੁਲ ਵਧੀਆ ਰੇਟ ਨੇ, ਉਹ ਤਾਂ ਖੈਰ ਸਾਰਿਆਂ ਦੇ ਸੇਮ ਜੇ ਸੀਗੇ, ਕੋਈ ਐਡਾ ਫਰਕ ਨਹੀਂ ਸੀਗਾ, $50 ਦਾ ਇੰਨਾ ਕੀ ਫਰਕ ਹੈ, ਬਹੁਤਾ ਫਰਕ ਨਹੀਂ ਹੈ, ਅਤੇ ਕਈ ਇਸ ਤੋਂ ਸਸਤੇ ਵੀ ਤੁਹਾਨੂੰ ਮਿਲ ਜਾਣਗੀਆਂ, ਪਰ ਅਸੀਂ ਕਿਹਾ ਵੀ ਸਾਨੂੰ ਸਹੀ ਲੱਗਿਆ, ਤੁਸੀਂ ਸਾਡੇ ਨਾਲ ਗੱਲਬਾਤ ਸਹੀ ਕਰ ਰਹੇ ਹੋ,
ਤੇ ਅਸੀਂ ਕਰਦੇ, ਪਰ ਇਹ ਕਹਿੰਦੇ ਨਹੀਂ ਜੀ ਸਾਨੂੰ ਪ੍ਰਮੋਟ ਨਾ ਕਰਿਓ ਤੁਸੀਂ, ਅਸੀਂ ਪੈਸੇ ਪੂਰੇ ਹੀ ਲੈਣੇ ਆ। ਫਿਰ ਠੀਕ ਆ ਬਾਈ, ਫਿਰ ਕੋਈ ਫਾਇਦਾ ਨਹੀਂ ਆ, ਤਾਂ ਕਰਕੇ ਵੀ ਇਹਨਾਂ ਨੂੰ ਪ੍ਰਮੋਟ ਕਰਨ ਦਾ ਕੋਈ ਫਾਇਦਾ ਨਹੀਂ। ਤੁਸੀਂ ਕਿਸੇ ਵੀ ਕੰਪਨੀ ਨਾਲ ਗੱਲ ਕਰਦੇ ਹੋ ਇੱਥੇ ਛੁਆਇਆ ਦੇ ਵਿੱਚ, ਇਹ ਤੁਹਾਨੂੰ ਦੱਸਦਾ ਇੱਥੇ ਆ ਕੇ, ਤਾਂ ਤੁਸੀਂ ਜਿਹੜੀ ਸਾਡੇ ਵਾਲੀ ਬੋਟ ਅਜੇ ਬੁੱਕ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਕਹੋ ਕਿ ਅਸੀਂ ਆਹ ਬੁੱਕ ਕਰਨੀ ਆ, ਤੁਹਾਡੀ ਉਹ ਵੀ ਕਰ ਦੇਣਗੇ ਬੁੱਕ, ਕਿਉਂਕਿ ਬਈ ਉਹ ਕੰਪਨੀ ਅਲੱਗ ਆ, ਉਹ ਅਮੈਰੀਕਾ ਦੀ ਕੰਪਨੀ ਹੈ ਜਿਨ੍ਹਾਂ ਦੀ ਕਰੂਜ਼ ਹੈ। ਆਹ ਇੱਥੇ ਆ ਗਿਆ ਸੈਲੂਨ ਹੈ। ਪਹਿਲਾਂ ਤਾਂ ਬਈ ਜਦੋਂ ਸੈਲੂਨ ਦੇ ਵਿੱਚ ਗਏ ਨਾ, ਆਂਟੀ ਆ ਕੇ ਮੈਨੂੰ ਦੂਰੋਂ ਕਹਿੰਦੇ ਇੰਡੀਆ ਇੰਡੀਆ ਪਤਾ ਨਹੀਂ ਕੀ, ਬਾਅਦ ਚ ਵਨਕੁਰ ਬਾਈ ਨੂੰ ਕੀ ਕਹਿ ਰਹੀ ਸੀ ਉਹ ਜਿਹੜੀ ਅੰਦਰ ਵਾਲੀ ਬੈਠੀ, ਕਿਆ ਕਹਿ ਰਹੀ ਸੀ ਪਤਾ ਨਾ ਏਜੰਸੀ ਵਾਲੀ? ਹਾਂ, ਬੰਦੇ ਦੇ ਪੱਗ ਬੰਨੀ ਹੈ ਤੇ ਉਹੀ ਬੰਦਾ ਆ ਗਿਆ। ਸਾਬ ਲਾ ਲਓ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਚੱਲ ਰਹੀ ਹੈ, ਸਿਰਫ ਪਾਸਪੋਰਟ ਭੇਜਿਆ ਸੀਗਾ, ਔਰ ਹੋ ਸਕਦਾ ਕੋਈ ਹੋਰ ਬੰਦਾ ਹੋਵੇ ਜਾਂ ਜਿਹਦੇ ਨਾਲ ਗੱਲ, ਉਹ ਬੰਦੇ ਨਾਲ ਕਿਸੇ ਨਾਲ ਗੱਲ ਚੱਲ ਰਹੀ ਸੀ ਤੇ ਇਹ ਇੱਥੇ ਕੁੜੀ ਬੈਠੀ ਹੋਈ ਸੀਗੀ। ਮਤਲਬ ਇਹਨੇ ਉਸ ਟਾਈਮ ਦਾ 3 ਮਹੀਨੇ ਪਹਿਲਾਂ ਦਾ ਪਾਸਪੋਰਟ ਦੇਖਿਆ। ਐਵੇਂ ਨਹੀਂ ਬਈ, ਜਿਹੜੇ ਸਿੰਘ ਸਰਦਾਰ ਹੈ, ਮੈਂ ਨਹੀਂ ਕਹਿੰਦਾ ਮੈਂ, ਤੁਸੀਂ ਵੀ, ਜੇ ਤੁਸੀਂ ਵੀ ਜੇਕਰ ਪੱਗ ਬੰਨਦੇ ਹੋ ਜਾਂ ਤੁਸੀਂ ਸਿੱਖ ਹੋ, ਸਰਦਾਰ ਹੋ, ਮੈਂ ਫਿਰ ਕਹਿੰਦਾ ਵੀ ਗੁਰੂ ਨੇ ਸਾਨੂੰ ਐਸੀ ਪਛਾਣ ਦਿੱਤੀ ਹੈ ਨਾ, ਜਦੋਂ ਉਹਨੇ ਮੇਰੇ ਪਾਸਪੋਰਟ ਦੇ ਉੱਤੇ ਕਿੱਦਾਂ ਦੀ ਫੋਟੋ ਹੁੰਦੀ ਹੈ ਤੁਹਾਨੂੰ ਵੀ ਪਤਾ ਕਿੰਨੀ ਕਲੀਅਰ ਹੁੰਦੀ ਹੈ, ਨੋਰਮਲ ਹੁੰਦੀ ਹੈ, ਤਾਂ ਪਾਸਪੋਰਟ ਵਾਲੀ ਫੋਟੋ ਤੋਂ ਜਿਹੜੇ ਪਛਾਣ ਲਿਆ, ਹਾਲਾਂਕਿ ਉਹਨੇ ਮੇਰੀ ਸ਼ਕਲ ਨਹੀਂ ਪਛਾਣੀ, ਉਹਨੇ ਮੇਰਾ ਇਹ ਰੂਪ ਪਛਾਣਿਆ ਕਿ ਹਾਂ ਬਈ ਇਹ ਬੰਦਾ ਉਹੀ ਆ ਗਿਆ ਅਤੇ ਉਹੀ ਬੰਦੇ ਆ ਜਿਹਨਾਂ ਨਾਲ ਗੱਲ ਚੱਲ ਰਹੀ ਸੀ। ਦੇਖ ਲਓ 1 ਮਿੰਟ ਤੋਂ ਪਹਿਲਾਂ ਉਹਨੇ ਪਛਾਣ ਲਿਆ, ਸਿੱਧਾ ਕਹਿੰਦੀ ਯੂ ਆਰ ਨਵਦੀਪ, ਅਤੇ ਫਿਰ ਨਵਨਕੁਰ ਬਾਈ ਨੂੰ ਪਛਾਣ ਲਿਆ ਕਿ ਐਂ ਦੋਨਾਂ ਦੇ ਇਕੱਠੇ ਪਾਸਪੋਰਟ ਆਏ ਸੀ ਅਤੇ ਇਹ ਨਵਨਕੁਰ ਹੋਊਗਾ। ਦੇਖ ਲਓ ਬਈ, ਹੈ ਵਧੀਆ ਲੱਗਿਆ। ਚਲੋ ਹੁਣ ਇਹ ਸੈਲੂਨ ਹੈ ਇੱਥੇ ਬਈ, ਅੰਕੁਰ ਬਾਈ ਆਪਦੇ ਵਾਲ ਕਟਾਉਣਗੇ ਤੇ ਇਹ ਸੈਲੂਨ ਵਾਲੀ ਜਿਹੜੀ ਓਨਰ ਆਈ ਉਹਨੇ ਵੀ ਮੈਨੂੰ ਆਉਂਦੇ ਸਿੱਧਾ ਕਿਹਾ ਇੰਡੀਆ ਤੋਂ, ਕਹਿੰਦੀ ਮੈਂ ਇੰਡੀਆ ਜਾਣਾ ਚਾਹੁੰਦੀ, ਮੈਨੂੰ ਬਹੁਤ ਵਧੀਆ ਲੱਗਦਾ ਇੱਦਾਂ ਇੱਦਾਂ ਦੱਸਣ ਲੱਗ ਗਈ। ਚਲੋ ਚੱਲਦੇ ਹਾਂ, ਅੰਕੁਰ ਬਾਈ ਕਟਾਉਣਗੇ ਇੱਥੇ ਵਾਲ, ਬਹਿ ਗਏ ਇੱਥੇ ਵੇਟਿੰਗ ਕਰ, ਵੇਟ ਕਰ ਰਹੇ ਆ, ਘੇਰ ਕੇ ਖੜ ਗਏ, ਇਹਨਾਂ ਨਾਲ ਗੱਲਬਾਤ ਕਰ ਰਿਹਾ। ਆਂਟੀ ਬੜੀ ਇੰਟਰਸਟਿਡ ਆ ਬਈ, ਕਹਿੰਦੇ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਤਾਂ ਕਰਕੇ ਕਰ ਰਿਹਾ ਕੋਈ ਗੱਲਬਾਤ ਉਹਦੇ ਨਾਲ। ਅੰਕੁਰ ਬਾਈ ਨੂੰ ਪਾਲਿਆ ਸੀ ਲੰਮਾ ਤੇ ਵਾਲ ਧੋਤੇ ਇਹਨਾਂ ਦੇ, ਬਈ ਉਹ ਸਾਰੇ ਤਾਂ ਬੜੇ ਖੁਸ਼ ਹੈ, ਇੰਡੀਆ ਕਹਿ ਕੇ ਗੱਲਾਂ ਕਰ ਰਹੇ ਆ, ਫੋਟੋਆਂ ਦਿਖਾ ਰਹੇ ਆ, ਕਿਉਂਕਿ ਇਹਨਾਂ ਲਈ ਵੀ ਇੰਡੀਆ ਦੂਰ ਬੜੀ ਆ। ਲਓ ਬਈ, ਲਓ ਬਈ ਅੰਕੁਰ ਬਾਈ ਦੇ ਕੱਟੇ ਜਾ ਰਹੇ ਆ ਵਾਲ, ਅੱਧੇ ਤਾਂ ਬਾਈ ਨੇ ਕੱਟਦੇ, ਮੈਂ ਫੋਨ ਤੇ ਗੱਲ ਕਰਨ ਲੱਗ ਗਿਆ ਸੀਗਾ, ਲਾਤੀ ਢੇਰੀ ਥੱਲੇ ਮਿੰਟ ਜੀ ਹੇਅਰ ਕੱਟ ਉਹਨਾਂ ਨੇ ਕਰਤਾ ਤੇ ਫਿਰ ਅਸੀਂ ਇੱਧਰ ਨੂੰ ਹੁਣ ਜਾ ਰਹੇ ਹਾਂ। ਵਧੀਆ ਮਤਲਬ ਸਿਸਟਮ ਲੱਗ ਰਿਹਾ ਮੈਨੂੰ ਤਾਂ ਇਹਨਾਂ ਦਾ, ਮਤਲਬ ਜੋ ਕਮਿਟਮੈਂਟ ਕਰੀ, ਜੋ ਕਮਿਟਮੈਂਟ ਕਰੀ ਸਭ ਪੂਰੀ ਕਰੀ, ਹੈ ਨਾ। ਇੱਦਾਂ ਨਹੀਂ ਵੀ ਬਾਈ ਤੁਹਾਨੂੰ ਤਾਂ ਬਹੁਤ ਮਹੀਨੇ ਹੋ ਗਏ, ਮਤਲਬ ਪਛਾਣ ਵੀ ਲਿਆ, ਔਰ ਇੱਦਾਂ ਦੀ ਗੱਲ ਨਹੀਂ ਵੀ ਗੱਲ ਵੀ ਨਹੀਂ ਕਿ ਉਹਨਾਂ ਕੋਲ ਕੋਈ ਆਉਂਦਾ ਨਹੀਂ ਗਾ। ਉਹਨੂੰ ਜਦੋਂ ਪੁੱਛਿਆ ਉਹ ਕਹਿੰਦੀ ਸਾਰੇ ਟੂਰ ਬੁੱਕ ਹੈ ਲਗਭਗ, ਕਹਿੰਦੀ ਬਸ 1-2 ਰੂਮ ਹੀ ਬਚੇ, ਔਰ ਉਹ ਵੀ ਇਸ ਵਾਲੀ ਕਰੂਜ਼ ਦੇ, ਮਤਲਬ ਹਰ ਹਫ਼ਤੇ ਲਗਭਗ ਇਹਨਾਂ ਦੀ ਜਾਂਦੀ ਹੈ ਅਤੇ ਇਹ ਬਾਈ ਇਸ ਸਾਲ ਦੀ ਲਾਸਟ ਕਰੂਜ਼ ਹੈ। ਇਸ ਤੋਂ ਬਾਅਦ ਹੁਣ ਮਤਲਬ ਇਸ ਸਾਲ 'ਚ, ਮਤਲਬ ਇਸ ਸੀਜ਼ਨ ਦੀ ਕਹਿ ਸਕਦੇ ਹਾਂ, ਸਾਲ ਤਾਂ ਇਹੀ 2024 ਹੀ ਰਹੂਗਾ ਜਦੋਂ ਦੁਬਾਰਾ ਮਤਲਬ ਹੁਣ ਕਰੂਜ਼ ਇੱਥੇ ਚੱਲਣਗੀਆਂ, ਪਰ ਉਹ ਹੁਣ ਐਂਡ 'ਤੇ ਚੱਲਣਗੀਆਂ ਸਾਲ ਦੇ, ਕਿਉਂਕਿ ਉਲਟ ਚੱਲਦਾ ਬਈ ਦੁਨੀਆ ਤੋਂ। ਦੁਨੀਆ ਤੋਂ ਉਲਟ ਕਹਿਣ ਦਾ ਮਤਲਬ, ਵੈਸੇ ਤਾਂ ਬਹੁਤ ਸਾਰੇ ਦੇਸ਼ ਚੱਲਦੇ ਹੋਣਗੇ ਜਿਹੜੇ ਥੋੜ੍ਹੇ ਸਾਊਥ 'ਚ ਹੁੰਦੇ ਨੇ, ਕਿ ਜਿਵੇਂ ਹੁਣ ਆਪਣੇ ਗਰਮੀਆਂ ਆਉਣਗੀਆਂ ਇੱਥੇ ਬਈ ਠੰਡ ਆਊਗੀ, ਹੁਣ ਠੰਡ ਆ ਰਹੀ ਹੈ ਇੱਥੇ, ਗਰਮੀ ਜਾ ਰਹੀ ਹੈ, ਇੱਦਾਂ ਚੱਲਦਾ ਥੋੜ੍ਹਾ ਜਿਹਾ ਸਿਸਟਮ। ਤੋਂ ਅੰਟਾਰਟਿਕਾ 'ਚ ਵੀ ਇੱਦਾਂ ਹੀ ਚੱਲਦਾ, ਮਤਲਬ ਬਿਲਕੁਲ ਨੌਰਥ ਵਾਲਾ ਪਾਸਾ ਜਿਵੇਂ ਰਸ਼ੀਆ ਦਾ ਮੁਰਮੰਸਕ ਵਗੈਰਾ, ਨਾਰਵੇ, ਫਿਨਲੈਂਡ ਹੋ ਗਏ, ਉਹਦਾ ਓਪੋਜ਼ਿਟ ਹੈ ਜਿਹੜਾ ਇਹ ਸਾਊਥ ਵਾਲਾ ਪਾਸਾ ਅਤੇ ਅੰਟਾਰਟਿਕਾ ਹੈ ਬਾਈ। ਇੱਥੇ ਖੜ ਕੇ ਨਾ ਮੈਂ ਫੋਟੋ ਖਿੱਚ ਰਿਹਾ ਸੀਗਾ, ਆਹ ਜਗ੍ਹਾ 'ਤੇ ਮੈਨੂੰ ਕਾਫੀ ਵਧੀਆ ਲੱਗ ਰਹੀ ਸੀ, ਅਤੇ ਇੱਧਰ ਨਾ ਮੈਂ ਹੁਣ ਥੋੜ੍ਹਾ ਜਿਹਾ ਘੁਮਾਊਂਗਾ। ਇੱਧਰ ਦੇਖਿਓ ਰੈਸਟੋਰੈਂਟ 'ਚ ਜਿੰਨੇ ਵੀ ਬੰਦੇ ਬੈਠੇ ਆ ਨਾ, ਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆ ਬਈ। ਥੋੜ੍ਹੇ ਲੋਕ ਸੰਗਦੇ ਆ, ਕਹਿ ਨਹੀਂ ਪਾਉਂਦੇ ਕਿ ਅਸੀਂ ਫੋਟੋ ਕਰਾਉਣੀ ਹੈ ਕਿੱਦਾਂ, ਪਰ ਖੁਸ਼ ਹੋ ਜਾਂਦੇ, ਔਰ ਵੀ ਬਹੁਤ ਜ਼ਿਆਦਾ ਮਤਲਬ ਮੇਰੇ ਵੱਲ ਇੱਦਾਂ ਖਤਰਨਾਕ ਨਿਗਾਹ ਨਾਲ ਦੇਖਦੇ ਆ। ਹੁਣ ਇੱਥੋਂ ਚੱਲਦੇ ਹਾਂ ਆਪਾਂ ਇੱਕ ਸੁਪਰ ਮਾਰਕੀਟ, ਅਤੇ ਸੁਪਰ ਮਾਰਕੀਟ ਤੋਂ ਕੁਛ ਖਰੀਦਦੇ ਹਾਂ, ਅਤੇ ਨਾਲੇ ਬਾਈ ਮੈਂ ਤੁਹਾਨੂੰ ਦੱਸਦਾ ਬਈ ਤੁਸੀਂ ਜੋ ਯੋਗਦਾਨ ਪਾਇਆ ਇਹਦੇ ਵਿੱਚ, ਕਿੰਨਾ ਯੋਗਦਾਨ ਆਇਆ ਹੁਣ ਤੱਕ, ਅਤੇ ਕਿੰਨਾ ਕਿੰਨਾ ਟੋਟਲ ਖਰਚਾ
ਇਸ ਟ੍ਰਿਪ ਤੇ ਹੋਣ ਵਾਲਾ। ਅੱਜ ਤੋਂ 2-2.5 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ, ਜਿਸ ਵੀਡੀਓ ਦੇ ਵਿੱਚ ਮੈਂ ਕਿਹਾ ਸੀਗਾ ਬਾਈ ਕਿ ਮੈਂ ਅੰਟਾਰਟਿਕਾ ਟ੍ਰਿਪ ਕਰਨ ਵਾਲਾ, ਜੇ ਤੁਹਾਡੇ 'ਚੋਂ ਕੋਈ ਚਾਹੇ ਤਾਂ ਬਾਈ ਸਪੋਰਟ ਕਰ ਸਕਦਾ ਉਸ ਟ੍ਰਿਪ ਨੂੰ। 2 ਕਮੈਂਟ ਮੈਂ ਉਹਦੇ ਵਿੱਚ ਬੋਲਿਆ ਸੀਗਾ ਅਤੇ ਬਾਈ ਬਹੁਤ ਸਾਰੇ ਲੋਕਾਂ ਨੇ ਸਪੋਰਟ ਵੀ ਕੀਤੀ ਬਾਈ। ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਬਾਈ ਕਿਤੇ ਬਾਈ ਦੀ ਵੀਡੀਓ 'ਤੇ 60-70 ਹਜ਼ਾਰ ਵਿਊ ਆ ਗਏ, ਅਤੇ ਜੇ ਕੋਈ 1-1 ਡਾਲਰ ਵੀ ਕਰੇ ਤਾਂ 70,000 ਡਾਲਰ ਹੋ ਗਏ। ਮੈਂ ਉਹ ਕਿਹਾ ਸੀ 8-8.5 ਲੱਖ ਇੰਡੀਅਨ ਰੁਪੀਜ਼ ਜਾਂ 10-12 ਹਜ਼ਾਰ US ਡਾਲਰ ਖਰਚਾ, ਪਰ ਹੁਣ ਉਸ ਤੋਂ ਘੱਟ ਹੀ ਖਰਚਾ ਹੋਊਗਾ ਵੀ ਮੈਂ ਕਾਫੀ ਮੈਨੇਜ ਕੀਤਾ ਉਸ ਚੀਜ਼ ਨੂੰ, ਕਿਉਂਕਿ ਵੀ ਕਰੂਜ਼ ਬੁੱਕ ਹੋਈ 4,25,000 ਪਰ ਪਰਸਨ, 2.5 ਲੱਖ 8 ਲੱਖ ਦੀ ਟੋਟਲ ਹੋਈ ਸਾਡੇ ਦੋਨਾਂ ਦੀ, ਅਤੇ ਉਸ ਤੋਂ ਇਲਾਵਾ ਬਾਈ ਕੁਛ ਹੋਰ ਖਰਚਾ ਪਾ ਕੇ ਐਂ ਮੰਨੋ 6-7 ਲੱਖ 'ਚ ਕੰਮ ਹੋ ਜੂਗਾ। ਪਰ ਬਾਈ ਕਿੰਨੀਆਂ ਕੁ ਵੀਡੀਓ ਬਣਨਗੀਆਂ, ਇੰਨੇ ਪੈਸੇ ਵੀਡੀਓਜ਼ ਤੋਂ ਨਹੀਂ ਆਉਂਦੇ ਕਿ ਉਹ ਬਈ ਕਵਰ ਹੋ ਸਕਣ। ਔਰ ਦੂਜੀ ਗੱਲ ਇਹ ਬਾਈ, ਮੈਂ ਕੋਈ ਇਹ ਨਹੀਂ ਕਿਹਾ ਸੀਗਾ ਕਿ ਬਾਈ ਮੇਰੇ ਲਈ ਪਰਸਨਲ ਦਿਓ ਜਾਂ ਬਾਈ ਮੈਨੂੰ ਪੈਸੇ ਇੱਦਾਂ ਚਾਹੀਦੇ ਆ, ਇੱਕ ਮਿੰਟ ਰੁਕੋ, ਜਾਂ ਬਾਈ ਮੈਂ ਇਹ ਕਿਹਾ ਸੀ ਕਿ ਪੈਸੇ ਮੈਨੂੰ ਇੱਦਾਂ ਚਾਹੀਦੇ ਆ ਕਿ ਬਾਈ ਮੈਂ ਇਹਨੂੰ ਰੋਟੀ ਲਈ ਪੈਸੇ ਚਾਹੀਦੇ ਆ, ਮੇਰੀ ਆਪਦੀ ਪਰਸਨਲ ਖਰਚੇ ਲਈ ਨਹੀਂ ਚਾਹੀਦੇ ਬਾਈ। ਪਰਸਨਲ ਖਰਚੇ ਲਈ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ, ਸਭ ਕੁਛ ਓਕੇ ਹੈ, ਪਰ ਬਾਈ ਮੈਂ ਸਪੋਜ਼ ਕਰੋ ਮੈਂ ਇੰਨੀਆਂ 8-9-10 ਜਿੰਨੀਆਂ ਵੀ ਵੀਡੀਓ ਬਣਾਉਣਾ ਬਾਈ, ਇੰਨੇ ਪੈਸੇ ਕਦੇ ਵੀ ਰਿਕਵਰ ਨਹੀਂ ਹੋਣੇ ਅੰਟਾਰਟਿਕ ਵਾਲੀਆਂ ਵੀਡੀਓ ਤੋਂ। ਹੁਣ ਬਹੁਤ ਕਹਿਣਗੇ ਬਾਈ ਫਿਰ ਨਾ ਬਣਾ, ਠੀਕ ਹੈ ਬਾਈ ਮੈਂ ਵੈਸੇ ਕੋਈ ਇੱਦਾਂ ਦਾ ਕੰਮ ਤਾਂ ਨਹੀਂ ਕਰ ਰਿਹਾ, ਉਹ ਬਹੁਤਿਆਂ ਨੂੰ ਲੱਗਦਾ ਤਾਂ ਬਈ ਉਹ ਤੁਹਾਡੀ ਆਪਦੀ ਥਿੰਕਿੰਗ, ਮੈਂ ਕਹੂੰਗਾ ਵਧੀਆ ਹੀ ਕਹੂੰਗਾ ਮੈਂ ਉਸ ਚੀਜ਼ ਨੂੰ ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਬਈ ਪੰਜਾਬੀ ਲਈ ਕੁਛ ਕਰ ਰਿਹਾ, ਪਰ ਬਈ ਮੈਨੂੰ ਇਸ ਚੀਜ਼ 'ਤੇ ਸਿੰਪਤੀ ਨਹੀਂ ਚਾਹੀਦੀ ਬਈ। ਪੰਜਾਬੀ ਓਨੀ ਹੀ ਮਾਂ ਮੇਰੀ ਹੈ ਜਿੰਨੀ ਤੁਹਾਡੀ ਹੈ। ਸਰਦਾਰ ਮੈਂ ਜੇ ਸਿੱਖ ਚਿਹਰਾ ਮੈਂ ਕੋਈ ਹੈਗਾ ਤਾਂ ਬਈ ਮੈਂ ਆਪਦੇ ਲਈ ਹਾਂ, ਮੈਂ ਗੁਰੂ ਲਈ ਹਾਂ, ਮੈਂ ਕਿਸੇ ਲਈ ਨਹੀਂ, ਨਾ ਮੈਂ ਕਿਸੇ ਦਿਖਾਵੇ ਲਈ ਹਾਂ। ਮੈਨੂੰ ਇਹਨਾਂ 2 ਚੀਜ਼ਾਂ 'ਤੇ ਸਿੰਪਤੀ ਲਈ ਮੈਨੂੰ ਨਾ ਤਾਂ ਕੋਈ ਡੋਨੇਸ਼ਨ ਚਾਹੀਦੀ ਸੀ, ਨਾ ਮੈਨੂੰ ਅੱਗੇ ਚਾਹੀਦੀ ਹੈ, ਨਾ ਮੈਨੂੰ ਕੋਈ ਇਹਦਾ ਫੇਵਰ ਚਾਹੀਦਾ, ਕਿਉਂਕਿ ਬਈ ਉਹ ਤਾਂ ਠੀਕ ਹੈ ਮੈਂ ਹੈਗਾ ਤਾਂ ਮੈਂ ਹੈਗਾ, ਦੈਟਸ ਇਟ। ਪਰ ਬਈ ਬਹੁਤ ਲੋਕਾਂ ਨੂੰ ਇੱਦਾਂ ਲੱਗਦਾ ਵੀ ਹਾਂ ਬਾਈ ਬਾਈਕ ਕਰ ਰਿਹਾ, ਤਾਂ ਚਲੋ ਜੇ ਲੱਗਦਾ ਤਾਂ ਉਹਦੇ ਲਈ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਇਹੀ ਚੀਜ਼ ਕੋਈ ਗੋਰਾ ਕਰੇ ਤਾਂ ਬਹੁਤ ਕੂਲ, ਜੇ ਆਪਦਾ ਬੰਦਾ ਕੋਈ ਕਰੇ ਤਾਂ ਬਈ ਉਹਦੀਆਂ ਲੱਤਾਂ ਖਿੱਚਣੀਆਂ ਹੁੰਦੀਆਂ, ਲੈ ਤੂੰ ਪੈਸੇ ਮੰਗ ਲੈ, ਤੈਨੂੰ ਘੁੰਮਣ ਲਈ ਪੈਸੇ ਦੇਈਏ। ਮੈਂ ਕਦੋਂ ਕਿਹਾ ਮੈਨੂੰ ਘੁੰਮਣ ਲਈ ਪੈਸੇ ਦਿਓ, ਮੈਂ ਅੱਜ ਤੱਕ ਨਹੀਂ ਮੰਗੇ, ਮੈਨੂੰ ਲੋੜ ਵੀ ਨਹੀਂ ਹੈਗੀ ਬਈ, ਠੀਕ ਹੈ। ਮੈਂ ਚਾਹੁੰਦਾ ਸੀ ਕਿ ਅੰਟਾਰਟਿਕਾ ਦੀਆਂ ਵੀਡੀਓ ਬਣਾ ਸਕੀਏ ਆਪਾਂ, 8-10 ਵੀਡੀਓ ਇੱਦਾਂ ਦੀਆਂ ਬਣਾ ਸਕੀਏ ਮਾਂ ਬੋਲੀ ਦੇ ਵਿੱਚ ਬਈ, ਕਿ ਜਿਹੜੀਆਂ ਦੇਖੋ ਵੈਸੇ ਤਾਂ ਤੁਸੀਂ ਅੰਟਾਰਟਿਕਾ ਦੇਖਿਆ ਹੀ ਹੋਊਗਾ, ਇੰਗਲਿਸ਼ 'ਚ ਦੇਖਿਆ ਹੋਊਗਾ, ਹਿੰਦੀ 'ਚ ਦੇਖਿਆ ਹੋਊਗਾ, ਹਿੰਦੀ 'ਚ ਵੈਸੇ ਵਲੋਗਰ ਤਾਂ ਕੋਈ ਗਿਆ ਵੀ ਨਹੀਂ ਹੈ, ਅਤੇ ਵੈਸੇ ਚਲੋ ਮੂਵੀਜ਼ 'ਚ ਦੇਖਿਆ ਹੋਊਗਾ, ਪਰ ਮੈਂ ਚਾਹੁੰਦਾ ਸੀ ਕਿ ਪੰਜਾਬੀ ਦੇ ਵਿੱਚ ਵੀ ਉਹ ਵੀਡੀਓਜ਼ ਆਉਣ ਅਤੇ ਮੈਂ ਬਣਾਵਾਂ ਬਈ, ਬਸ ਇੰਨੀ ਕੁ ਮੇਰੀ ਇੱਕ ਤਮੰਨਾ ਸੀਗੀ, ਅਤੇ ਮੈਂ ਉਹ ਤੁਹਾਡੇ ਸਾਹਮਣੇ ਰੱਖਤੀ ਬਈ। ਤੁਸੀਂ ਸਪੋਰਟ ਕੀਤੀ, ਸਭ ਤੋਂ ਵੱਡੀ ਡੋਨੇਸ਼ਨ ਆਈ 1-40 ਹਜ਼ਾਰ ਦੀ, ਇਸ ਤੋਂ ਇਲਾਵਾ ਬਾਕੀ ਸਾਰੀਆਂ ਕੋਈ 10,000, 15,000, 5,000, 1-1, 2-2 ਬੰਦਿਆਂ ਦੀਆਂ, 1 ਬੰਦੇ ਦੀ, 2 ਬੰਦੇ ਦੀ, ਜ਼ਿਆਦਾ ਡੋਨੇਸ਼ਨ ਸੀਗੀਆਂ 1 ਰੁਪਈਆ, 2 ਰੁਪਈਏ, 10 ਰੁਪਈਏ, 5 ਰੁਪਈਏ, ਉਹਦੇ ਕਰਕੇ ਮੇਰਾ ਅਕਾਊਂਟ ਵੀ ਬਲੌਕ ਹੋ ਗਿਆ ਸੀਗਾ ਵਿੱਚੋਂ, ਕਿਉਂਕਿ ਵੀ ਟ੍ਰਾਂਜੈਕਸ਼ਨ ਜ਼ਿਆਦਾ ਹੋ ਗਈਆਂ ਸੀਗੀਆਂ, ਅਤੇ ਪਰ ਚਲੋ ਠੀਕ ਹੈ, ਉਹ ਤਾਂ ਮੈਂ ਉਹਨੂੰ ਪ੍ਰੂਫ ਦਿੱਤਾ, ਮੇਰਾ 15 ਮਿੰਟ 'ਚ ਖੋਲ੍ਹਤਾ ਸੀਗਾ, ਪਰ ਉਸ ਤੋਂ ਬਾਅਦ ਮੈਂ ਹਟਾ ਵੀ ਦਿੱਤਾ ਸੀ ਉੱਥੋਂ 1 ਵਾਰ, ਅਤੇ ਕੁੱਲ ਡੋਨੇਸ਼ਨ ਆਈਆਂ ਬਈ, ਇੱਕ ਜਿਹੜੀ UPI ID ਸੀਗੀ ਉਹ 'ਤੇ ਆਈਆਂ ਕੁਛ 1,00,000 ਦੀਆਂ, ਕੁਛ ਫਿਰ ਵੈਸਟਰਨ ਯੂਨੀਅਨ ਦੀ ਆਈ ਸੀਗੀ, ਇੱਕ ਟ੍ਰਾਂਜੈਕਸ਼ਨ ਜਿਹੜੀ 40,000 ਦੀ ਉਹ ਮੇਰੇ ਅਕਾਊਂਟ 'ਚ ਆਈ ਸੀਗੀ, ਅਤੇ ਕੁੱਲ ਮਿਲਾ ਕੇ 2,55,000 ਰੁਪਈਆ ਬਈ ਇਹ ਜਿਹੜਾ ਮੈਨੂੰ ਸਪੋਰਟ ਤੁਹਾਡੇ ਵੱਲੋਂ ਕੀਤੀ ਗਈ ਸੀਗੀ 60-70 ਹਜ਼ਾਰ ਵਿਊ ਦੇ ਵਿੱਚੋਂ। ਬਹੁਤਿਆਂ ਨੂੰ ਇਹ ਲੱਗਦਾ ਸੀ, ਪਰ ਖੈਰ ਉਹ ਲੋਕ ਤਾਂ ਬਈ ਉਹ ਹੁੰਦੇ ਆ ਜਿਹੜੇ ਗੁਰੂ ਘਰ ਵੀ ਰੁਪਈਆ ਮੱਥਾ ਨਹੀਂ ਟੇਕਦੇ, ਪਰ ਹਿਸਾਬ ਮੰਗਣਗੇ ਕਿ ਬਈ ਲੰਗਰ 'ਤੇ ਖਰਚਾ ਕਿੰਨਾ ਹੋਇਆ, ਸੋ ਉੱਦਾਂ ਦੇ ਲੋਕ ਹੁੰਦੇ ਆ ਜਿਹੜੇ ਗੱਲਾਂ ਕਰਦੇ ਆ, ਅਤੇ ਮੈਂ ਤਾਂ ਆਪਦੀ ਇੱਕ ਭਾਵਨਾ ਦੱਸੀ ਸੀਗੀ ਬਈ ਤੁਹਾਨੂੰ, ਅਤੇ ਜਿਹਨੂੰ ਸਹੀ ਲੱਗਿਆ ਬਈ ਉਹਨੇ ਕਰਤੇ, ਬਾਕੀ ਪੈਸੇ ਬਈ ਮੈਂ ਆਪਦੇ ਕੋਲੋਂ ਪਾ ਰਿਹਾ, 6-6.5-7 ਲੱਖ ਰੁਪਈਆ ਜੋ ਵੀ ਲੱਗਣ ਵਾਲਾ, 7.5 ਲੱਖ ਜੇ ਸ਼ਾਇਦ, ਪਤਾ ਨਹੀਂ ਕਿੰਨਾ ਲੱਗੂਗਾ, ਕੁਛ ਖਰਚੇ ਹੋਰ ਵੀ ਅੱਗੇ ਹੋਣ ਵਾਲੇ ਆ, ਤਾਂ ਉਹਦੇ ਵਿੱਚੋਂ ਬਈ 2.5 ਲੱਖ ਮਾਈਨਸ ਕਰ ਦਿਓ, ਬਾਕੀ ਮੈਂ ਮੇਰੇ ਕੋਲੋਂ ਲਾ ਰਿਹਾ, ਔਰ ਰਿਕਵਰ ਉਹ ਵੀ ਕਦੇ ਨਹੀਂ ਹੋਣੇ ਮੈਨੂੰ ਜਿਸ ਤੱਕ ਲੱਗਦਾ, ਕਿਉਂਕਿ ਇੰਨੇ ਪੈਸੇ ਨਹੀਂ ਆਉਂਦੇ ਬਈ ਜਿੰਨੇ ਲੋਕ ਸੋਚਦੇ ਆ। ਹਾਂ ਦੂਜੀ ਚੀਜ਼ ਇਹ ਬਈ, ਮੈਂ ਚਾਹੁੰਦਾ ਨਾ ਤਾਂ ਮੈਂ ਇਸ ਤੋਂ ਕਈ ਗੁਣਾ ਵੱਧ ਰਿਕਵਰ ਕਰ ਸਕਦਾ ਸੀਗਾ, ਮੇਰੇ ਕੋਲ ਬੈਟਿੰਗ ਬ੍ਰਾਂਡ ਆਉਂਦੇ ਆ ਬਹੁਤ ਸਾਰੇ, ਮੈਂ ਬੈਟਿੰਗ ਬ੍ਰਾਂਡ ਪ੍ਰਮੋਟ ਨਹੀਂ ਕਰਦਾ, ਜਿਨ੍ਹਾਂ ਨੂੰ ਇਹ ਲੱਗਦਾ ਨਾ ਕਿ ਵੀ ਆਪ ਪੈਸੇ ਕਮਾਓ ਅਤੇ ਆਪ ਅੰਟਾਰਟਿਕਾ ਜਾਂਦਾ, ਮੈਂ ਠੀਕ ਹੈ ਮੈਂ ਜਾ ਤਾਂ ਰਿਹਾ ਹੀ ਹਾਂ ਬਈ ਮੈਂ, ਪਰ ਬਈ ਮੈਂ ਬੈਟਿੰਗ ਬ੍ਰਾਂਡ ਪ੍ਰਮੋਟ ਨਹੀਂ ਕਰਦਾ, ਇੰਨੇ ਕੁ ਜ਼ਿਆਦਾ ਆਉਂਦੇ ਆ ਨਾ ਜਦੋਂ ਵਰਲਡ ਕੱਪ ਜਾਂ IPL ਚੱਲਦਾ ਸੀ, ਵੀਡੀਓ 10-10 ਵੀਡੀਓ ਦੇ ਬੈਟਿੰਗ ਬ੍ਰਾਂਡ ਪ੍ਰਮੋਟ ਕਰਦੇ ਆ, ਔਫਰ ਕਰਦੇ ਆ ਕਿ ਬਈ ਸਾਡੇ ਨਾਲ ਕਰੋ 40,000 ਇੱਕ ਵੀਡੀਓ ਦਾ, 50,000 ਇੱਕ ਵੀਡੀਓ ਦਾ,
ਮੈਂ ਸਕਰੀਨਸ਼ਾਟ ਵੀ ਲੇਟੈਸਟ ਜਿਹੜਾ ਅੱਜ ਹੀ ਸਵੇਰੇ ਹੀ ਮੈਸੇਜ ਆਇਆ ਸੀ ਇੱਕ ਤਾਂ ਮੈਂ ਅਟੈਚ ਕਰ ਦੂੰਗਾ, ਮੈਂ ਉਹਨੂੰ ਮਨਾ ਕਰਤਾ ਕਿ ਮੈਂ ਬੈਟਿੰਗ ਬ੍ਰਾਂਡ ਨਹੀਂ ਕਰਦਾ ਬਈ, ਜਿਹੜੇ ਚੱਜ ਦੇ ਬ੍ਰਾਂਡ ਕੋਈ ਆਉਂਦੇ ਬਈ ਉਹ ਇੰਨੇ ਪੈਸੇ ਪੇ ਨਹੀਂ ਕਰਦੇ, ਉਹ ਤਾਂ ਬਹੁਤ ਹੀ ਛੋਟੀ ਮਾਰ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਕੋਈ ਗਲਤ ਚੀਜ਼ ਨਹੀਂ ਆ, ਪਰ ਬੈਟਿੰਗ ਵਾਲਿਆਂ ਨੂੰ ਹੁੰਦਾ ਉਹਨਾਂ ਨੇ ਤਾਂ ਲੁੱਟਣਾ ਹੀ ਆ ਬਈ, ਮੈਂ ਪ੍ਰਮੋਟ ਕਰਾਂ ਤੁਹਾਡੇ 'ਚੋਂ 10 ਵੀ ਬੰਦੇ ਵੀ ਫਸ ਗਏ ਤਾਂ ਉਹਨਾਂ ਲਈ ਤਾਂ ਬਈ ਕਈ ਗੁਣਾ ਵੱਧ ਰਿਕਵਰ ਹੋ ਜਾਂਦਾ ਉਹ ਸਮਾਨ ਹੈ ਨਾ, ਅਤੇ ਮੈਂ ਕਦੇ ਵੀ ਇਸ ਚੀਜ਼ ਨੂੰ ਪ੍ਰਮੋਟ ਨਾ ਕਰਨ ਬਾਰੇ ਹੀ ਸੋਚਿਆ ਕਿ ਮੈਂ ਨਹੀਂ ਕਰੂੰਗਾ ਨਾ ਕਦੇ ਜ਼ਿੰਦਗੀ 'ਚ, ਇੱਕ ਵਾਰ ਸਟਾਰਟਿੰਗ ਦੇ ਵਿੱਚ ਆਇਆ ਸੀ ਮੇਰੇ ਕੋਲ, ਉਹ ਵੀ ਬਸ ਬੈਟਿੰਗ ਨਹੀਂ ਕਹਿ ਸਕਦੇ ਉਹਨੂੰ, ਉਹ ਇੱਕ ਮਤਲਬ ਉਹ ਸੀਗਾ ਜਿਵੇਂ ਸ਼ੇਅਰ ਮਾਰਕੀਟ ਟਾਈਪ ਦਾ, ਉਹ ਮੈਂ ਪਤਾ ਨਹੀਂ ਉਦੋਂ ਉਹ ਤਾਂ ਖੈਰ ਸਮਝ ਹੀ ਨਹੀਂ ਸੀਗੀ, ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹੋਊਗਾ, ਪਤਾ ਨਹੀਂ 3 ਸਾਲ ਪਹਿਲਾਂ ਦੀ, ਬਈ ਮੈਂ ਕਦੇ ਵੀ ਨਹੀਂ ਪ੍ਰਮੋਟ ਕਰਦਾ ਇਹਨਾਂ ਚੀਜ਼ਾਂ ਨੂੰ, ਅਤੇ ਚਾਹੁੰਦਾ ਤਾਂ ਬਈ ਮੈਂ ਤਾਂ ਇਸ ਤੋਂ ਕਈ ਗੁਣਾ ਕਮਾ ਸਕਦਾ ਸੀਗਾ। ਇੱਕ ਹੋਰ ਵੀ ਬ੍ਰਾਂਡ ਆ ਰਿਹਾ, ਉਹ ਕਹਿੰਦਾ ਸਰ ਤੁਸੀਂ ਜਾ ਰਹੇ ਹੋ ਅਰਜਨਟੀਨਾ ਅਤੇ ਉਦੋਂ ਹੀ IPL ਸ਼ੁਰੂ ਹੋ ਰਿਹਾ ਕਹਿੰਦਾ, ਅਤੇ ਸਾਡੀਆਂ 10 ਵੀਡੀਓ ਕਰ ਦਿਓ ਕਹਿੰਦਾ, ਅਤੇ ਪਰ ਵੀਡੀਓ ਕਹਿੰਦਾ 45,000 ਦੇ ਹਿਸਾਬ ਨਾਲ ਲੈ ਲਓ, ਮੇਰਾ 4.5 ਲੱਖ ਤਾਂ ਇਹੀ ਆ, ਪਰ ਬਈ ਮੈਂ ਮਨਾ ਕਰਤਾ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਵੱਡਾ ਆਸਾਨ ਕੀਤਾ, ਉਹ ਮੇਰੀ ਜ਼ਮੀਰ ਵੀ ਨਹੀਂ ਮੰਨਦੀ ਕਿ ਵੀ ਮੈਂ ਕਿਸੇ ਨੂੰ ਕੋਈ ਗਲਤ ਚੀਜ਼ ਪ੍ਰਮੋਟ ਕਰਾਂ, ਤਾਂ ਕਰਕੇ ਵੀ ਮੈਂ ਮਨਾ ਕੀਤਾ, ਹੋਰ ਉਹਦਾ ਕੋਈ ਰੀਜ਼ਨ ਨਹੀਂ ਆ। ਪਰ ਹਾਂ, ਮੈਂ ਇਹ ਉਹਨਾਂ ਲੋਕਾਂ ਨੂੰ ਜਵਾਬ ਆ ਜਿਹੜੇ ਕਹਿੰਦੇ ਆ ਕਿ ਬਾਈ ਯੂਟਿਊਬਰ ਤਾਂ ਇੰਨੇ ਪੈਸੇ ਕਮਾਉਂਦੇ, ਯੂਟਿਊਬਰ ਪੈਸੇ ਕਮਾਉਂਦੇ ਆ, ਪਰ ਬਈ ਬ੍ਰਾਂਡ ਪ੍ਰਮੋਟ ਕਰਕੇ ਹਮੇਸ਼ਾ ਯੂਟਿਊਬਰ ਜਿਹੜੇ ਆ ਉਹ ਜ਼ਿਆਦਾ ਪੈਸੇ ਕਮਾਉਂਦੇ ਆ, ਅਤੇ ਮੈਂ ਉਹਨਾਂ ਬ੍ਰਾਂਡਾਂ ਨੂੰ ਨਾ ਕਰਦਾ। ਦੂਜੀ ਗੱਲ ਬਈ, ਬਹੁਤ ਸਾਰੇ ਲੋਕ ਨੈੱਟਫਲਿਕਸ ਵੀ ਤੁਸੀਂ ਦੇਖਦੇ ਹੋ, TV ਵੀ ਦੇਖਦੇ ਹੋ, ਉਹਨਾਂ 'ਤੇ ਸਾਰੀਆਂ ਚੀਜ਼ਾਂ ਦੇਖਦੇ ਹੋ ਬਈ, ਸ਼ਾਹਰੁਖਾਨ ਦੀਆਂ ਫਿਲਮਾਂ ਦੇਖਦੇ ਹੋ, ਵੱਡੇ ਵੱਡੇ ਸਟਾਰਾਂ ਦੀਆਂ ਫਿਲਮਾਂ ਦੇਖਦੇ ਹੋ, ਕੋਈ ਫ੍ਰੀ 'ਚ ਤੁਹਾਨੂੰ ਨਹੀਂ ਦਿਖਾ ਰਿਹਾ, ਉਹ ਵੀ ਤਾਂ ਇੱਕ ਵੀਡੀਓ ਹੀ ਬਣਾ ਰਹੇ ਆ, ਉਹ ਫ੍ਰੀ 'ਚ ਕੋਈ ਨਹੀਂ ਦਿਖਾ ਰਿਹਾ, ਉਹ ਸਾਰਾ ਉਹਦਾ ਖਰਚਾ ਬਜਟ ਪਹਿਲਾਂ ਦੱਸਦੇ ਵੀ ਫਿਲਮ ਦਾ ਇੰਨਾ ਬਜਟ ਆ, ਹਾਲਾਂਕਿ ਫਿਲਮ 'ਤੇ 30 ਕਰੋੜ ਲੱਗਿਆ ਹੋਵੇ ਤਾਂ 100 ਕਰੋੜ ਬਜਟ ਦੱਸਦੇ ਆ ਕਿ ਇੰਨਾ ਬਜਟ ਲੱਗਿਆ, ਫਿਰ ਲੋਕਾਂ ਨੂੰ ਅੱਛਾ ਬੜਾ ਪੈਸਾ ਖਰਚ ਕੀਤਾ, ਲੋਕ ਜ਼ਿਆਦਾ ਦੇਖਣ ਜਾਂਦੇ ਆ, 400-500 ਕਰੋੜ ਕਮਾਈ ਹੁੰਦੀ ਆ। ਪਰ ਜੇ ਇੱਕ ਆਮ ਸਧਾਰਨ ਬੰਦਾ ਕਹਿ ਰਿਹਾ ਕਿ ਆਪਦੇ ਹੀ ਲੋਕਾਂ ਨੂੰ ਇੱਕ ਰਿਕੁਐਸਟ ਕੀਤੀ ਕਿ ਜੇ ਚਾਹੋ ਤਾਂ ਸਪੋਰਟ ਕਰ ਸਕਦੇ ਹੋ, ਤਾਂ ਬਈ ਲੋਕਾਂ ਨੇ ਗੱਲਾਂ ਬਹੁਤ ਬਣਾਈਆਂ, ਸਪੋਰਟ ਜਿਨ੍ਹਾਂ ਨੇ ਕੀਤੀ ਬਈ ਉਹਨਾਂ ਦਾ ਦਿਲੋਂ ਧੰਨਵਾਦ ਹੈ, ਤੁਹਾਡੀ ਵਜ੍ਹਾ ਨਾਲ ਇਹ ਮਤਲਬ ਚਾਹੇ 2.5 ਲੱਖ ਹੀ ਆਇਆ, ਬਾਕੀ ਕੋਲੋਂ ਲਾ ਰਿਹਾ, ਪਰ ਨਾ ਉਹ 2.5 ਲੱਖ ਨੇ ਮੈਨੂੰ ਮਜਬੂਰ ਕਰਤਾ ਮੇਰੇ ਬਾਕੀ ਪੈਸੇ ਲਾਉਣ ਲਈ, ਚਾਹੇ ਉਹ ਰਿਕਵਰ ਨਾ ਹੋਣ, ਮੈਨੂੰ ਮਜਬੂਰ ਕਰਤਾ ਕਿ ਨਹੀਂ ਯਾਰ ਉਹ 2.5 ਆ ਗਿਆ, ਹੁਣ ਮੈਂ ਕਿੱਦਾਂ ਕਰਾਂ ਯਾਰ, ਮੈਨੂੰ ਜਾਣਾ ਹੀ ਪੈਣਾ, ਸ਼ਾਇਦ 1 ਲੱਖ ਵੀ ਆਉਂਦਾ ਨਾ ਮੈਂ ਤਾਂ ਵੀ ਸ਼ਾਇਦ ਜਾਂਦਾ, ਕਿਉਂਕਿ ਬਈ ਮੈਂ ਜਿਨ੍ਹਾਂ ਨੇ ਵੀ 1 ਲੱਖ 1-1 ਰੁਪਈਆ ਵੀ ਕੀਤਾ ਉਹਨਾਂ ਨੇ, ਮੈਂ ਉਹਨਾਂ ਦਾ ਦਿਲ ਨਹੀਂ ਤੋੜ ਸਕਦਾ ਸੀਗਾ। ਮੈਂ ਬੁੱਕ ਕਰਤਾ ਇਹ ਟ੍ਰਿਪ, ਮੈਂ ਜਾ ਰਿਹਾ, ਜੇਕਰ ਆਉਣ ਵਾਲੇ ਟਾਈਮ 'ਚ ਜਾਂ ਅੱਗੇ ਜਾਂ ਪਿੱਛੇ ਜਾਂ ਹੁਣ ਵੀ ਜੇ ਤੁਹਾਨੂੰ ਲੱਗਦਾ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ, ਮੈਂ ਅੱਜ ਲਾਸਟ ਵਾਰ ਕਹੂੰਗਾ, ਇਸ ਤੋਂ ਬਾਅਦ ਕਦੇ ਨਹੀਂ। ਖੈਰ ਮੈਂ ਪਹਿਲਾਂ ਵੀ ਇੱਕ ਵਾਰ ਹੀ ਕਿਹਾ, ਉਹ ਮਤਲਬ ਉਹ ਵੀ 1-2 ਮਿੰਟ ਦੀ ਵੀਡੀਓ, ਅਤੇ ਇਹਦੇ 'ਚ ਵੀ ਮੈਂ ਕਹੂੰਗਾ ਕਰਨਾ ਚਾਹੋ ਕਰ ਸਕਦੇ ਹੋ, ਮੈਂ ਅਕਾਊਂਟ ਡਿਟੇਲ ਵਗੈਰਾ ਸਾਰਾ ਕੁਝ ਥੱਲੇ ਦੇ ਦੂੰਗਾ, ਔਰ ਮੈਂ ਆਪਦੇ ਡਿਸਕ੍ਰਿਪਸ਼ਨ 'ਚ ਪਾ ਕੇ ਰੱਖ ਦੂੰਗਾ, ਔਰ ਵੀਡੀਓ ਦੇ ਥੱਲੇ ਪਿਆ ਰਿਹਾ ਕਰੂੰਗਾ ਬਈ। ਜੇ ਕਿਸੇ ਨੂੰ ਲੱਗਿਆ ਕਰੂੰਗਾ ਕਿ ਬਈ ਮੈਂ ਕੁਛ ਜਰਨੀ ਵਧੀਆ ਕਰ ਰਿਹਾ, ਕੁਛ ਮੇਰੀ ਵੀਡੀਓ ਤੋਂ ਤੁਸੀਂ ਸਿੱਖ ਰਹੇ ਹੋ, ਜਾਂ ਮੈਂ ਕੁਛ ਵੀ ਜੇ ਤੁਹਾਨੂੰ ਲੱਗਦਾ ਕੁਛ ਮਤਲਬ ਤੁਸੀਂ ਐਪਰੀਸ਼ੀਏਟ ਕਰਨਾ ਚਾਹੁੰਦੇ ਹੋ ਉਸ ਚੀਜ਼ ਨੂੰ, ਤਾਂ ਬਈ ਤੁਸੀਂ ਉਹ ਕਰ ਸਕਦੇ ਹੋ। ਅਤੇ ਮੇਰਾ ਵੀਰ ਉਹ ਬਿਲਕੁਲ ਵੀ ਕੋਈ ਪੇਮੈਂਟ ਨਾ ਕਰੇ, ਔਖਾ ਹੋ ਕੇ ਜੇ ਹੱਥ ਸਰਦਾ ਬਈ ਉਹ ਕਰਨਾ ਚਾਹੋ ਕਰ ਸਕਦੇ, ਪਰ ਔਖੇ ਨਾ ਹੋਏ ਬਾਈ ਮੇਰਿਆ, ਕਿਉਂਕਿ ਮੈਨੂੰ ਬਿਲਕੁਲ ਵੀ ਇੱਦਾਂ ਲੋੜ ਨਹੀਂ ਹੈਗੀ, ਮੈਨੂੰ ਮੇਰੇ ਪਰਸਨਲ ਕੋਈ ਖਰਚਿਆਂ ਲਈ ਜਾਂ ਕਿਸੇ ਲਈ, ਮੇਰਾ ਸਭ ਕੁਛ ਵਧੀਆ ਚੱਲ ਰਿਹਾ। ਦੈਟਸ ਇਟ, ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿ ਸਕਦਾ, ਇੱਕ ਸਾਹ ਚੜ ਰਿਹਾ ਅਤੇ ਵੀਡੀਓ ਵੀ ਕਾਫੀ ਲੰਮੀ ਹੋ ਜਾਣੀ ਹੈ। ਅਤੇ ਅੰਟਾਰਕਟਿਕਾ ਮੈਂ ਜਾ ਹੀ ਰਿਹਾ ਬਈ, ਕਰੋ ਚਾਹੇ ਨਾ ਕਰੋ ਕੋਈ ਫਰਕ ਨਹੀਂ ਆ ਉਸ ਚੀਜ਼ ਨਾਲ, ਅਤੇ ਮੈਨੂੰ ਮੇਰੇ ਸਰਦਾਰ ਸਿੱਖ ਚਿਹਰਾ ਹੋਣ ਕਰਕੇ ਜਾਂ ਮੈਨੂੰ ਪੰਜਾਬੀ ਬੋਲੀ ਕਰਕੇ ਬਿਲਕੁਲ ਸਿੰਪਥੀ ਕਿਸੇ ਵੀ ਚੀਜ਼ ਦੀ ਨਹੀਂ ਚਾਹੀਦੀ, ਨਾ ਮੈਨੂੰ ਉਸ ਚੀਜ਼ ਦੇ ਉੱਤੇ ਡੋਨੇਸ਼ਨ ਚਾਹੀਦੀ ਆ, ਉਹ ਮੇਰੇ 'ਤੇ ਲਾਹਨਤ ਹੋਊਗੀ ਕਿ ਜੇ ਮੈਂ ਇੱਦਾਂ ਦਾ ਆਪਦੇ ਆਪ ਨੂੰ ਇੱਕ ਇਹ ਚਿਹਰਾ ਦਿਖਾ ਕੇ ਜਾਂ ਮਾਂ ਬੋਲੀ ਦਿਖਾ ਕੇ ਮੰਗੂੰਗਾ। ਜੋ ਤਮੰਨਾ ਸੀ ਦਿਲ ਦੀ ਉਹ ਮੈਂ ਦੱਸਤੀ ਕਿ ਮੇਰੀ ਬਸ ਇੰਨੀ ਕੁ ਤਮੰਨਾ ਸੀ ਕਿ ਪੰਜਾਬੀ ਦੇ ਵਿੱਚ ਦੁਨੀਆ ਦਾ ਹਰੇਕ ਦੇਸ਼ ਦੀ, ਦੁਨੀਆ ਦੇ ਹਰੇਕ ਦੇਸ਼ ਦੀ ਵੀਡੀਓ ਪਈ ਹੋਵੇ ਇੰਟਰਨੈਟ ਦੇ ਉੱਤੇ ਕਿਸੇ ਵੀ ਦੇਸ਼ ਬਾਰੇ, ਤਾਂ ਬਈ ਤੁਹਾਨੂੰ ਵੀਡੀਓ ਮਿਲ ਜਾਵੇ ਪੰਜਾਬੀ ਮਾਂ ਬੋਲੀ ਦੇ ਵਿੱਚ। ਇਹ ਮੇਰੀ ਆਪਦੀ ਤਮੰਨਾ ਸੀਗੀ, ਇਹਦੇ ਲਈ ਮੈਂ ਕੋਈ ਡੋਨੇਸ਼ਨ ਦੀ ਮੰਗ ਨਹੀਂ ਕਰਦਾ ਬਈ, ਨਾ ਮੇਰੇ ਸਿੱਖ ਚਿਹਰੇ ਲਈ ਮੈਂ ਕਰਦਾ ਹਾਂ।
ਸਮਝ ਇਹਨੂੰ ਡੋਨੇਸ਼ਨ ਸਮਝੋ ਜਾਂ ਕੀ ਸਮਝ ਲਓ, ਉਹ ਤਾਂ ਵੈਸੇ ਇੱਕ ਆਪਾਂ ਵਾਰਡ ਲੈ ਤਾ, ਹੋ ਸਕਦਾ ਇਹ ਡੋਨੇਸ਼ਨ ਨਹੀਂ, ਹੋ ਸਕਦਾ ਬਈ ਇਹ ਸਾਹ ਚੜ ਰਿਹਾ ਯਾਰ, ਇਹਨੂੰ ਡੋਨੇਸ਼ਨ ਨਹੀਂ ਤੁਸੀਂ ਕਹਿ ਸਕਦੇ ਬਈ, ਇਹਨੂੰ ਇਹ ਕਹਿ ਸਕਦੇ ਮੈਂ ਇਹਦੇ ਵਿੱਚ 10 ਤੋਂ 15 ਵੀਡੀਓ ਵੀ ਅੰਟਾਰਟਿਕਾ ਦੀਆਂ ਬਣਾਊਂਗਾ ਅਤੇ ਉਹ ਤੁਹਾਡੇ ਸਾਹਮਣੇ ਬਈ ਪੇਸ਼ ਕਰੂੰਗਾ। ਚੰਗਾ ਜੀ, ਇਹ ਆ ਗਏ ਵੀ ਉਸ ਰੈਸਟੋਰੈਂਟ, ਇਸ ਰੈਸਟੋਰੈਂਟ 'ਚ ਟੇਬਲ ਬੁੱਕ ਕਰਨਾ ਪੈਂਦਾ, ਅਸੀਂ ਆਲਰੇਡੀ ਕਰਤਾ, ਪਰ ਇਹਦੇ ਇਹ ਬਈ ਇਹ ਸਾਡਾ ਜਿਹੜਾ 4,25,000 ਦਿੱਤਾ ਨਾ ਇੱਕ ਪਰ ਪਰਸਨ ਅਸੀਂ ਦਿੱਤਾ, ਉਹਦੇ ਵਿੱਚ ਉਹਨਾਂ ਨੇ ਨਾ ਇੱਕ ਦਿਨ ਦਾ ਡਿਨਰ ਇਨਕਲੂਡ ਕੀਤਾ ਸੀਗਾ, ਅਤੇ ਮੈਂ ਕਿਹਾ ਬਈ ਕਰ ਹੀ ਲੈਂਦੇ ਹਾਂ, ਉਹਨਾਂ ਨੂੰ ਪਤਾ, ਉਹਨਾਂ ਨੂੰ ਐਂ ਸੀਗੇ ਵੀ ਅਸੀਂ ਤਾਂ ਸੇਮ ਦਿਨ ਲੈ ਕੇ ਆਉਂਗੇ, ਸੇਮ ਦਿਨ ਚੜਾ ਦਾਂਗੇ, ਡਿਨਰ ਦਾ ਟਾਈਮ ਹੀ ਨਹੀਂ ਮਿਲਣਾ, ਪਰ ਅਸੀਂ ਇੱਥੇ ਪਹਿਲਾਂ ਪਹੁੰਚ ਗਏ ਹਾਂ, ਤਾਂ ਕਰਕੇ ਬਈ ਹੁਣ ਇਸ ਰੈਸਟੋਰੈਂਟ ਦੇ ਵਿੱਚ ਆਪਾਂ ਜਿਹੜਾ ਡਿਨਰ ਨਾ ਕਰ ਹੀ ਲੈਂਦੇ ਹਾਂ। ਸੋ ਅਸੀਂ ਟੇਬਲ ਬੁੱਕ ਇੱਥੇ ਕਰਤਾ, ਸੋ ਦੇਖਦੇ ਹਾਂ ਕਿੱਦਾਂ ਰਹਿੰਦਾ ਡਿਨਰ ਦਾ ਮਾਹੌਲ, ਡਿਨਰ ਕਰਕੇ ਫਿਰ ਚੱਲਦੇ ਹਾਂ। ਦੇਖਿਓ ਯਾਰ ਬਣਿਆ ਬੜੀ ਸਹੀ ਲੋਕੇਸ਼ਨ 'ਤੇ ਹੋਇਆ ਰੈਸਟੋਰੈਂਟ, ਆਹ ਦੇਖੋ ਸਾਹਮਣੇ ਸਾਹ ਆ ਰਹੀਆਂ, ਉਹ ਸ਼ਿਪਸ ਖੜੀਆਂ ਹੋਈਆਂ ਦੇਖ ਰਹੀਆਂ, ਛੋਟੀਆਂ 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 ਕੁਛ ਕਰੂਜ਼ ਵੀ ਖੜੇ ਹੋਏ ਨੇ, ਅਤੇ ਇੱਥੋਂ ਹੀ ਆਪਣਾ ਅੰਟਾਰਟਿਕਾ ਦਾ ਕਰੂਜ਼ ਆ ਜਿਹੜਾ ਚੱਲੂਗਾ। ਕਾਫੀ ਮਹਿੰਗਾ ਜਿਹਾ ਰੈਸਟੋਰੈਂਟ ਆ ਬਈ ਇਹ, ਚਲੋ ਆਪਾਂ ਨੂੰ ਗਿਆ, ਆਪਾਂ ਤਾਂ ਆਲਰੇਡੀ ਪੈਸੇ ਪੇ ਕਰ ਚੁੱਕੇ ਹਾਂ, ਅਤੇ ਇਹਦੇ ਵਿੱਚ ਬਈ ਇਹਨਾਂ ਨੇ ਇੱਕ ਨਾ ਆਹ ਦਿੱਤਾ ਵਾਟਰਪਰੂਫ ਪੈਂਟ ਹੈ ਇਹ, ਅਤੇ ਜਿਹੜੀ ਜੈਕਟ ਆ ਬਈ ਉਹ ਤਾਂ ਸਾਨੂੰ ਪਰਸਨਲੀ ਮਿਲੂਗੀ, ਇਹ ਇਹਨਾਂ ਨੂੰ ਵਾਪਸ ਕਰਨੀ, ਇੱਕ ਤਰ੍ਹਾਂ ਦੀ ਰੈਂਟ ਕਰਨੀ ਪੈਣੀ ਸੀ, ਇਹਨਾਂ ਨੇ ਫ੍ਰੀ 'ਚ ਦਿੱਤੀ। ਉਸ ਤੋਂ ਇਲਾਵਾ ਬਈ ਇਹਨਾਂ ਨੂੰ ਦਿੱਤੇ ਆ ਇੱਕ ਆ ਗਲਵਸ ਦਿੱਤੇ ਆ ਬਈ, ਦੇਖੋ ਆਹ ਵਾਲੇ ਗਲਵਸ, ਇਹ ਵੀ ਮਤਲਬ ਇਹ ਰੈਂਟ ਕਰ ਸਕਦੇ ਹੋ ਪਰ ਇਹਨਾਂ ਨੇ ਸਾਨੂੰ ਫ੍ਰੀ 'ਚ ਦਿੱਤੇ ਆ ਬਈ। ਇਸ ਤੋਂ ਇਲਾਵਾ ਬਈ ਵਾਪਸ ਦੇਣੇ ਆ, ਹਾਂ ਇਹ ਵਾਪਸ ਦੇਣੇ ਆ ਫ੍ਰੀ, ਮਤਲਬ ਰੈਂਟ ਨਹੀਂ ਲੈਣਗੇ ਸਾਡੇ ਤੋਂ। ਅਤੇ ਉਸ ਤੋਂ ਇਲਾਵਾ ਬਈ ਇੱਕ ਬੁੱਕ ਦਿੱਤੀ, ਇਹਦੇ ਵਿੱਚ ਸਾਰੇ ਬਰਡਸ ਆ, ਮੇਨ ਤਾਂ ਬਈ ਪੈਂਗੁਇਨ ਦੀ ਆ, ਤਾਂ ਫੋਟੋ ਵੀ ਪੈਂਗੁਇਨ ਦੀ ਬਣਾਈ ਆ ਇਹਨਾਂ ਨੇ। ਅਤੇ ਉਸ ਤੋਂ ਇਲਾਵਾ ਆਹ ਦਿੱਤੇ ਆ ਬਈ 3 ਪੋਸਟ ਕਾਰਡ, ਦੇਖ ਲਓ ਠੀਕ ਹੈ, ਸੇਮ ਹੀ ਦੀਆਂ ਮੇਰੇ ਕੋਲ, ਇਹ ਤਾਂ ਇਹ ਨਹੀਂ ਮਤਲਬ ਵਾਪਸ ਕਰਨੀ, ਤਾਂ ਰੱਖਣੀ ਹੈ। ਅਤੇ ਦੂਜਾ ਬਈ ਉਹਨਾਂ ਨੇ ਆਹ ਦਿੱਤਾ, ਦੇਖ ਲਓ ਇੱਕ ਆ ਕੈਪ ਦੇ ਦਿੱਤੀ ਹੈ, ਮੇਰੇ ਤਾਂ ਵੈਸੇ ਕਿਸੇ ਕੰਮ ਦੀ ਨਹੀਂ ਹੈ, ਉੱਥੇ ਲਿਖਿਆ 7th ਕੰਟੀਨੈਂਟ, 7th ਕੰਟੀਨੈਂਟ ਆ ਬਈ। ਅਤੇ ਇਹ ਕਾਹ ਦਿੱਤਾ, ਇਹ ਹਿਸਾਬ ਲਾ ਲਓ ਤੁਸੀਂ, ਮਤਲਬ ਇੱਦਾਂ ਕਾਹ ਦਿੱਤਾ, ਇਹ ਮਤਲਬ ਇਹ ਹੈ ਕਿ ਤੁਸੀਂ ਆਪਦਾ ਇੱਦਾਂ ਪਾ ਸਕਦੇ ਹੋ ਗਲੇ 'ਚ ਜਾਂ ਮੂੰਹ 'ਤੇ ਜਿੱਦਾਂ ਵੀ, ਮਤਲਬ ਤੁਹਾਨੂੰ ਠੀਕ ਲੱਗੇ, ਕਿ ਇਹਨਾਂ ਨੇ ਆਹ ਝੋਲਾ ਦੇ ਦਿੱਤਾ ਬਈ, ਬਸ ਇੱਥੇ ਲਿਖਵਾਇਆ ਅੰਟਾਰਟਿਕਾ। ਤੋਂ ਇਲਾਵਾ ਬਈ ਇੱਕ ਮਿਲੂਗੀ ਜੈਕਟ ਜਿਹੜੀ ਕਿ ਉੱਥੇ ਉਹ ਸਾਡੇ ਰੱਖਣ ਲਈ ਮਿਲੂਗੀ ਕਰੂਜ਼ 'ਚ, ਅਤੇ ਸੈਕਿੰਡ ਇੱਕ ਪਾਣੀ ਦੀ ਬੋਤਲ ਮਿਲੂਗੀ, ਗਰਮ ਪਾਣੀ ਲਈ, ਕਿਉਂਕਿ ਉੱਥੇ ਠੰਡ ਹੋਊਗੀ ਕਾਫੀ, ਅਤੇ ਆਪਦਾ ਜੇ ਮੰਨ ਲਓ ਥੋੜ੍ਹਾ ਬਹੁਤ ਆਪਾਂ ਜਾਂਦੇ ਹਾਂ ਉੱਤਰ ਕੇ, ਤਾਂ ਉਹਦਾ ਪਾਣੀ ਭਰੋ ਅਤੇ ਲੈ ਜਾਓ ਗਰਮ, ਅਤੇ ਉਸ ਤੋਂ ਬਾਅਦ ਵਾਪਸ ਆ ਜਾਓ, ਅਤੇ ਕਰੂਜ਼ ਦੇ ਵਿੱਚ ਖਾਣਾ ਪੀਣਾ ਸਭ ਫ੍ਰੀ ਹੋਊਗਾ ਬਈ, ਉਹ ਤਾਂ ਓਬਵੀਅਸ ਜੀ ਗੱਲ ਹੋਊਗਾ ਹੀ। ਅਤੇ ਉਹ ਇਸ ਕਰੂਜ਼ ਦੇ ਵਿੱਚ ਇਹ ਵੀ ਹੈ ਕਿ ਤੁਸੀਂ ਖਾਣਾ ਆਪਦੇ ਰੂਮ 'ਚ ਵੀ ਮੰਗਾ ਸਕਦੇ ਹੋ, ਜਿਹੜਾ ਅਸੀਂ ਰੂਮ ਬੁੱਕ ਕੀਤਾ ਉਹਦੇ ਵਿੱਚ ਮੰਗਾ ਸਕਦੇ ਹੋ, ਔਰ ਜਿਹੜਾ ਰੂਮ ਹੈ ਸਾਡਾ ਉਹ ਵਿੰਡੋ ਵਾਲਾ ਅਤੇ ਬਾਲਕਨੀ ਵਾਲਾ ਬਈ, ਕਿਉਂਕਿ ਵੀਡੀਓਜ਼ ਵਗੈਰਾ ਫਿਰ ਹੀ ਵਧੀਆ ਬਣਨੀਆਂ, ਫਿਰ ਹੀ ਵਧੀਆ ਵਿਊਜ਼ ਆਉਣਗੇ, ਅਤੇ ਫਿਰ ਹੀ ਵਧੀਆ ਫਾਇਦਾ, ਨਹੀਂ ਤਾਂ ਥੋੜ੍ਹੇ ਜਿਹੇ ਪੈਸੇ ਬਚਾ ਸਕਦੇ ਹੋ ਤੁਸੀਂ, ਜ਼ਿਆਦਾ ਨਹੀਂ $100-$200, $10-15,000 ਰੁਪਏ ਉਹਦੇ 'ਚ, ਫਿਰ ਤੁਹਾਡੀ ਬਾਲਕਨੀ ਅਤੇ ਉਹ ਸਾਰਾ ਕੁਛ ਉੱਡ ਜੂਗਾ ਬਈ, ਉਹਦਾ ਕੋਈ ਫਾਇਦਾ ਨਹੀਂ। ਦੇਖਿਓ ਬਈ ਆ ਇੱਕ ਤਰ੍ਹਾਂ ਦਾ ਮਤਲਬ ਇਹ ਸਟਾਰਟਰ ਹੈ ਜਿਹੜਾ ਅਸੀਂ ਮੰਗਾਇਆ, ਆਹ ਕੁਛ ਗਾਰਲਿਕ ਅਤੇ ਸੌਸ ਦੇ ਗਿਆ ਬਈ, ਇੱਥੇ ਬਿੱਲ ਆਊਗਾ ਘੱਟੋ ਘੱਟ $50-$60, ਅਤੇ ਆਹ ਪਾਲਕ ਦੇ ਪੱਤੇ, ਅਤੇ ਕੁਛ ਆ ਵੈਜ ਰੋਲ ਹੈ, ਅਤੇ ਕੁਛ ਆ ਸੌਸ ਵਗੈਰਾ, ਦੇਖਿਓ ਕਿਵੇਂ ਸਜਾ ਕੇ ਪਾਈ ਹੋਈ ਹੈ, ਇੱਕ ਦੋ ਬਾਈ ਬ੍ਰੈਡ ਦੇ ਗਿਆ, ਹਾਂ ਇਹ ਮੋਜ਼ਰੀਲਾ ਵਧੀਆ ਹੋਊਗਾ ਹੈ ਨਾ, ਟੇਸਟੀ ਹੈ ਨਾ, ਨਹੀਂ ਸਹੀ ਚੀਜ਼ ਹੈ, ਮੈਂ ਵੀ ਇਹ ਮੰਗਾਉਣ ਲੱਗਿਆ ਸੀ ਪਹਿਲਾਂ। ਚਾਹ ਮੈਨੂੰ ਇੱਕ ਪਾਸਤਾ ਦੇ ਗਿਆ ਅਨਕੁਰ ਬਾਈ, ਇਹ ਕਿਹਾ ਥਾ ਆਪਕਾ ਖੀਰ ਲੱਗ ਰਹੀ ਹੈ, ਇਹ ਪਾਸਤਾ ਹੀ ਹੋਵੇ, ਹਾਂ ਨਹੀਂ ਨਹੀਂ ਨੀਚੇ ਵਾਲਾ ਪਾਸਤਾ ਹੀ ਹੈ, ਕੁਛ ਪਾਸਤਾ ਡੇ, ਹਾਂ ਇਹ ਥੋੜ੍ਹਾ ਡਿਫਰੈਂਟ ਲੱਗ ਰਿਹਾ ਬਈ, ਵੈਜੀਟੇਰੀਅਨ ਹੈ ਮੇਰਾ। ਲਾਸਟ ਨਾ ਇੱਕ ਡੈਜ਼ਰਟ ਮੰਗਾ ਲਿਆ, ਉਹਦੇ ਵਿੱਚ ਦੋ ਬਰਾਊਨੀ ਆ ਚੋਕਲੇਟ ਅਤੇ ਨਾਲ ਆਹ ਹੈ, ਅਸੀਂ ਇੱਕ ਹੀ ਮੰਗਾ ਲਿਆ, ਚਾਹੁੰਦੇ ਤਾਂ ਦੋ ਵੀ ਮੰਗਾ ਸਕਦੇ ਹਾਂ, ਕਿਉਂਕਿ ਬਈ ਪਰ ਨਾ ਕਾਫੀ ਵੱਡਾ, ਉਹਨੇ ਬਾਈ ਨੇ ਕਿਹਾ ਸੀ ਕਹਿੰਦਾ ਇੱਕੋ ਹੀ ਤੁਹਾਨੂੰ ਦੋਨਾਂ ਨੂੰ ਚੱਲ ਜੂਗਾ, ਕਾਫੀ ਵਧੀਆ ਲੱਗ ਰਿਹਾ ਦੇਖਣ ਨੂੰ। ਕਿਆ ਦੋ ਕੂਪਨ ਸੀ ਜਿਹੜੇ ਕੰਪਨੀ ਨੇ ਸਾਨੂੰ ਦਿੱਤੇ ਆ, ਇਹ ਮਤਲਬ ਇਹਦੇ ਪਿਛਲੇ ਪਾਸੇ ਆ, ਮਤਲਬ ਸਾਰਾ ਕੁਝ ਉੱਪਰ ਕੰਪਨੀ ਦਾ ਨਾਂ ਨੂੰ ਸਾਰਾ ਕੁਝ ਲਿਖਿਆ ਹੋਵੇ, ਤਾਂ ਤੁਹਾਨੂੰ ਨਹੀਂ ਦਿਖਾ ਰਿਹਾ ਬਈ, ਕੰਪਨੀ ਚਾਹੁੰਦੀ ਨਹੀਂ ਕਿ ਸਾਨੂੰ ਪ੍ਰਮੋਟ ਕਰੋ। ਇਹੀ ਹੋਇਆ ਕਿ ਖਾਣਾ ਖਾਧਾ, ਬਿੱਲ ਆ ਗਿਆ $48, ਅਤੇ ਅਸੀਂ ਉਹਨੂੰ ਕੂਪਨ ਕੱਢ ਕੇ ਦਿੱਤੇ ਵੀ ਆਹ ਕੂਪਨ ਹੈ, ਉਹ ਕਹਿੰਦਾ ਹੋ ਵੀ ਵੇਟ ਅ ਮੂਮੈਂਟ, ਜਾ ਕੇ ਬਾਈ ਲਿਆ ਕੇ ਸਾਨੂੰ ਕਹਿੰਦਾ ਪੈਨ ਲਿਖ ਕੇ ਲਿਆਇਆ, ਕਹਿੰਦਾ ਕਿ ਬਾਈ 36,000 ਹੀ ਤੁਹਾਡਾ ਕੂਪਨ, $18 ਦਾ ਹੈ, $36 ਦਾ ਹੀ ਹੈ, ਅਤੇ $12,500 ਤੁਹਾਨੂੰ, ਮਤਲਬ $12.5 ਪੇ ਕਰਨੇ ਪੈਣਗੇ।
ਮੈਂ ਕਿਹਾ ਯਾਰ ਇਹ ਕੀ ਮਤਲਬ ਹੈ, ਪਹਿਲਾਂ ਦੱਸਣਾ ਚਾਹੀਦਾ ਸੀ ਨਾ, ਅਸੀਂ ਉਸ ਹਿਸਾਬ ਨਾਲ ਮੰਗਾਉਂਦੇ। ਚਲੋ ਖੈਰ ਐਡੀ ਗੱਲ ਨਹੀਂ, ਵੈਸੇ ਵੀ ਅਸੀਂ ਇੱਥੇ ਖਾਂਦੇ ਤਾਂ ਸਾਡਾ $30-35 ਬਿੱਲ ਆ ਰਿਹਾ ਖਾਣੇ ਦਾ, ਇੱਥੇ ਮਹਿੰਗਾ ਕਾਫੀ। ਚਲੋ $30-35 ਅਸੀਂ ਫਿਰ ਸਾਡਾ ਤਾਂ $36 ਹੋ ਜਾਣਾ ਸੀ ਕੰਮ, ਅਸੀਂ ਥੋੜ੍ਹਾ ਚਲੋ ਮੰਗਾ ਲਿਆ। ਮੈਂ ਚਲ ਕੋਈ ਨੀ $10-12, ਖੈਰ ਫਰਕ ਕੋਈ ਨੀ ਪਿਆ, $5-6 $5-6 ਨਾਲ ਕੀ ਫਰਕ ਪੈਣ ਲੱਗਿਆ। ਫਿਰ ਉਸ ਤੋਂ ਬਾਅਦ ਬਈ ਪਰ ਮਤਲਬ ਅਜੀਬ ਲੱਗਿਆ ਥੋੜ੍ਹਾ ਜਿਹਾ, ਜਦੋਂ ਕੂਪਨ ਫੜਾਇਆ ਤੇ ਉਹ ਕਹਿੰਦਾ ਵੇਟ ਹੈ ਮੂਵਮੈਂਟ, ਉਹ ਦੁਬਾਰਾ ਮੈਂ ਲਿਖ ਕੇ ਲੈ ਗਿਆ, ਥੋੜ੍ਹਾ ਅਜੀਬ ਜਿਹਾ ਲੱਗਿਆ। ਉਹ ਕੱਲ੍ਹ ਕੰਪਨੀ ਨੂੰ ਕਹਾਂਗੇ ਯਾਰ ਤੁਹਾਨੂੰ ਦੱਸਣਾ ਚਾਹੀਦਾ ਸੀ ਨਾ, ਐਂ ਥੋੜ੍ਹੀ ਹੁੰਦਾ। ਚਲੋ ਅਤੇ ਉਸ ਤੋਂ ਬਾਅਦ ਬਾਈ ਬਾਈ ਕਹਿੰਦਾ ਕਿ ਬਈ ਟਿਪ ਐਡ ਨਹੀਂ ਕੀਤੀ, ਅਸੀਂ ਕਿਹਾ ਵੀ ਟਿਪ ਐਡ ਕਰ ਲਾ, ਅਸੀਂ ਆਪ ਹੀ ਕਿਹਾ, ਉਹਨੇ ਨਹੀਂ ਕਿਹਾ ਵੈਸੇ, ਉਹਨੇ ਤਾਂ ਪਹਿਲਾਂ ਕਿਹਾ ਸੀਗਾ ਕਿ ਇਹ ਵਿਦਾਊਟ ਟਿਪ ਹੈ, ਅਤੇ ਮੈਂ ਉਹਨੂੰ ਉਹਨੇ ਕਿਹਾ ਬੰਦੇ ਨੇ ਬਿਹੇਵ ਵਧੀਆ ਕੀਤਾ, ਮੈਂ ਕਿਹਾ ਬਈ ਟਿਪ ਐਡ ਕਰ ਲਾ। ਅਮਰੀਕਾ 'ਚ ਕਰਦੇ ਆ ਵੈਸੇ ਇੱਦਾਂ, ਨਵਨਕੁਰ ਬਾਈ ਦੱਸ ਰਹੇ ਸੀ ਅਮੈਰੀਕਾ ਦੇ ਵਿੱਚ ਬਈ 10% 15% ਬਹੁਤ ਸਾਰੇ ਰੈਸਟੋਰੈਂਟਾਂ ਦੇ ਹੁੰਦਾ ਕੰਮ ਇਹ, ਮਤਲਬ ਸਾਰਿਆਂ 'ਤੇ ਨਹੀਂ ਪਰ ਬਹੁਤਿਆਂ 'ਤੇ ਹੁੰਦਾ ਕਿ ਤੁਹਾਨੂੰ ਟਿਪ ਦੇਣੀ ਹੀ ਪਊਗੀ, ਇੱਥੇ ਬਹੁਤ ਸਾਰੇ ਅਮੈਰੀਕਨਸ ਆਉਂਦੇ ਹੋਣਗੇ। ਹੁਣ ਚੱਲਦੇ ਹਾਂ ਬਈ, ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ, ਜੇਕਰ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਥੱਲੇ ਮੇਰੀ ਆਈਡੀ ਲਿਖੀ ਆ ਰਹੀ ਹੋਗੀ, ਓਫੀਸ਼ੀਅਲ ਨਵਦੀਪ ਬਰਾੜ, ਉੱਥੇ ਫੋਲੋ ਕਰ ਸਕਦੇ ਹੋ। ਚੰਗਾ ਜੀ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।